ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜੁਗੋ ਜੁਗ ਅਟਲ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਵਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਸਤਿਗੁਰੂ ਜੀ ਨੇ ਅੱਜ ਫਿਰ ਬਖਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਪਾਵਨ ਚਰਨਾਂ 'ਚ ਪੁੱਜਣ ਦਾ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੇ ਸਨਮਾਨਯੋਗ ਗਿਆਨੀ ਜੀ ਪਾਸੋਂ ਬੜੇ ਅਦਭੁਤ ਸਤਿਕਾਰ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਸਨਮਾਨਯੋਗ ਭਾਈ ਪ੍ਰਦੀਪ ਸਿੰਘ ਜੀ ਜੰਮੂ ਵਾਲੇ ਉਹਨਾਂ ਦੇ ਜੱਥੇ ਪਾਸੋਂ ਰਸ ਭਿੰਨਾ ਕੀਰਤਨ ਔਰ ਸਤਿਗੁਰੂ ਜੀ ਦੀ ਬਖਸ਼ਿਸ਼ ਅੰਮ੍ਰਿਤ ਵੇਲੇ ਦਾ ਪਾਵਨ ਹੁਕਮ ਬਹੁਤ ਹੀ ਰਸ ਭਿੰਨੇ ਢੰਗ ਦੇ ਨਾਲ ਤਰੀਕੇ ਦੇ ਨਾਲ ਸ਼ਬਦਾਲੀ ਦੇ ਵਿੱਚ ਆਪ ਜੀ ਨੇ ਉਹ ਪਾਵਨ ਹੁਕਮ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ ਔਰ ਇਹਦੇ ਨਾਲ ਸਾਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦਾ ਵੀ ਪਵਿੱਤਰ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰਦੇ ਹੋਏ ਆਪਣਾ ਧਿਆਨ ਗੁਰੂ ਚਰਨਾਂ ਨਾਲ ਜੋੜਦੇ ਹੋਏ ਫਤਿਹ ਦੀ ਸਾਂਝ ਕਰਦਾ ਹਾਂ। ਆਪ ਜੀ ਕਿਰਪਾ ਕਰੋ, ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਦਾ ਮਾਰਗ ਕੇਵਲ ਪੂਜਾ ਦਾ ਅਸਥਾਨ ਨਹੀਂ ਕਿ ਇੱਥੇ ਕੋਈ ਸਾਕਸ਼ੀ ਪੂਜਾ ਕਰਵਾਈ ਜਾਏ, ਬਲਕਿ ਇਹ ਅਸਥਾਨ ਹੈ ਜਿੱਥੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਸਿੱਖ ਉਹ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਰਾਹੀਂ ਸਿੱਖੀ ਨੂੰ ਕਬੂਲ ਕਰਦਾ ਹੈ ਅਤੇ ਸਿੱਖੀ ਨੂੰ ਧਾਰਨ ਕਰਕੇ ਆਪਣਾ ਜੀਵਨ ਜਿਉਂਦਾ ਹੈ ਔਰ ਅੰਮ੍ਰਿਤ ਦੀ ਦਾਤ ਆਪਣੇ ਗੁਰੂ ਕੋਲੋਂ ਪ੍ਰਾਪਤ ਕਰਦਾ ਹੈ। ਜੇ ਆਪਾਂ ਧਿਆਨ ਮਾਰ ਕੇ ਵੇਖੀਏ, ਭਾਈ ਗੁਰਦਾਸ ਸਾਹਿਬ ਜੀ ਜਿਹੜੇ ਗੁਰਮਤਿ ਦੇ ਦਾਰਸ਼ਨਿਕ ਵਿਦਵਾਨ ਨੇ, ਗੁਰਮਤਿ ਦੇ ਵਿਆਖਿਆਕਾਰ ਨੇ, ਗੁਰਮਤਿ ਦੇ ਲਿਖਾਰੀ ਨੇ ਔਰ ਗੁਰਮਤਿ ਦੀ ਗੱਲ ਜਦੋਂ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੈਕੰਡ ਜਿਹੜਾ ਹੋ ਸਕਦਾ ਰਹਿਤਨਾਮਾ ਗੁਰਮਤਿ ਨੂੰ ਸਮਝਣ ਵਾਸਤੇ, ਗੁਰਮਤਿ ਨੂੰ ਸਮਝਾਉਣ ਵਾਸਤੇ ਉਹ ਭਾਈ ਗੁਰਦਾਸ ਜੀ ਦੀਆਂ ਬਾਰਾਂ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਵੱਖ ਵੱਖ ਪਹਿਲੂਆਂ ਦੇ ਉੱਤੇ ਬੜੀ ਸਪਸ਼ਟਤਾ ਦਿੱਤੀ ਹੈ। ਇੱਥੇ ਆ ਕੇ ਜਦੋਂ ਗੱਲ ਕਰਦੇ ਕਹਿੰਦੇ, ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਕਿ ਸੰਸਾਰ ਦੇ ਅੰਦਰ ਜੋ ਕੁਝ ਡਿਫੈਕਟਿਵ ਹੋ ਚੁੱਕਾ ਸੀ ਉਹਨੂੰ ਠੀਕ ਕਰਨ ਵਾਸਤੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਬਣਾ ਕੇ ਸੰਸਾਰ ਵਿੱਚ ਭੇਜਿਆ। ਮੈਂ ਬੇਨਤੀ ਕਰਦਿਆਂ, ਗੁਰੂ ਇੱਕੋ ਵਾਰੀ ਆਏ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਆ ਕੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ, ਸ਼ਬਦ ਦੁਆਰਾ ਸੰਸਾਰ ਦੀ ਘਾੜਤ ਆਰੰਭੀ, ਜਿਹਨੂੰ ਅਸੀਂ ਸਿੱਖ ਆਖੀਏ, ਭਗਤ ਆਖੀਏ, ਗੁਰਮੁਖ ਆਖੀਏ, ਖਾਲਸਾ ਆਖੀਏ, ਉਹਦੀ ਘਾੜਤ ਸ਼ਬਦ ਦੀ ਰਾਹੀਂ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖੋ, ਦੁਨੀਆ ਦੇ ਅੰਦਰ ਘਾੜਤ ਘੜਨ ਦੀ ਗੱਲ, ਆਪਣੀ ਹੋਂਦ ਨੂੰ ਕਾਇਮ ਕਰਨ ਦੀ ਗੱਲ ਤਲਵਾਰ ਦੀ ਰਾਹੀਂ, ਲੇਕਿਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਾਂਦੇ ਨੇ ਉੱਥੇ ਕੇਵਲ ਇੱਕੋ ਇੱਕ ਬਚਨ ਸਾਨੂੰ ਬੜਾ ਚੇਤੇ ਹੈ, ਯਾਦ ਹੈ। ਸਾਖੀਆਂ ਨੇ ਸਾਡੇ ਅੰਦਰ ਪ੍ਰਪਾ ਕੀਤਾ ਵੀ ਮਰਦਾਨਿਆਂ ਛੇੜ ਰਬਾਬ ਬਾਣੀ ਆਈ। ਇਹਦਾ ਭਾਵ ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਬਣ ਕੇ ਆਏ ਔਰ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਨੌ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਗੁਰੂ ਬਣ ਕੇ ਨਹੀਂ ਆਈਆਂ, ਬਲਕਿ ਸਿੱਖ ਬਣ ਕੇ ਆਈਆਂ। ਕਿਉਂਕਿ ਅੱਜ ਜਿਹੜੀ ਸਾਡੀ ਮੁਸ਼ਕਲ ਬਣੀ ਪਈ ਹੈ ਉਹ ਇੱਥੇ ਕ੍ਰੀਏਟ ਹੋ ਰਹੀ ਹੈ ਵੀ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ
ਇਹ ਲੋਚਦੇ ਹਾਂ ਵੀ ਜਿਹੋ ਜਿਹਾ ਆਪਾਂ ਤੁਰ ਰਹੇ ਹਾਂ, ਜਿਹੋ ਜਿਹਾ ਚੱਲ ਰਹੇ ਹਾਂ, ਜਿਹੋ ਜਿਹਾ ਜੀਵਨ ਜੀ ਰਹੇ ਹਾਂ, ਉਹਨੂੰ ਕੋਈ ਹਿਲਾਉਣ ਦਾ ਯਤਨ ਨਾ ਕਰੇ, ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨ ਦਾ ਯਤਨ ਨਾ ਕਰੇ। ਸਾਡੇ ਵਾਸਤੇ ਬੜੀ ਮੁਸ਼ਕਲ ਹੁੰਦੀ ਔਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਿੱਧਾ ਕੁਝ ਪ੍ਰਾਪਤ ਹੋ ਜਾਏ। ਪਰ ਮੈਂ ਤੁਹਾਡੇ ਸਾਹਮਣੇ ਹਵਾਲੇ ਰੱਖਾਂ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ। ਉਹ ਕਹਿੰਦੇ ਵੀ ਜ਼ਿੰਦਗੀ ਦੇ ਅੰਦਰ ਇੱਕ ਗੱਲ ਨੂੰ ਪੱਕਾ ਕਰੋ, ਇੱਕ ਜ਼ਿੰਦਗੀ ਦੇ ਅੰਦਰ ਪਰਪੱਕਤਾ ਲਿਆਓ ਕਿ ਸਤਿਗੁਰ ਨਾਨਕ ਦਿਓ ਆਪ ਉਪਾਇਆ। ਇਹ ਬਚਨ ਮੇਰੇ ਨਹੀਂ, ਤੁਹਾਡੇ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਤੱਕ ਗੁਰਮਤ ਨੂੰ ਪ੍ਰਚਾਰਿਆ, ਗੁਰਮਤ ਨੂੰ ਲਿਖਿਆ, ਗੁਰਮਤ ਨੂੰ ਹੰਢਾਇਆ ਔਰ ਸਮਕਾਲੀ ਗੁਰੂ ਕਾਲ ਦੇ। ਉਹ ਕਹਿੰਦੇ ਵੀ ਸਤਿਗੁਰ ਨਾਨਕ ਦਿਓ ਆਪ ਉਪਾਇਆ। ਉਸ ਮਾਲਕ ਨੇ ਇਹ ਕਿਰਪਾ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪ ਉਪਾਇਆ, ਮੈਨੇ ਆਪ ਪੈਦਾ ਕੀਤਾ, ਆਪ ਸੰਸਾਰ ਵਿੱਚ ਲਿਆਂਦਾ। ਪਰ ਅਗਲੀ ਗੱਲ ਵੇਖੋ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰ ਅੰਗਦ ਗੁਰਸਿੱਖ ਬਾਬਾ ਨੇ ਆਇਆ। ਗੁਰੂ ਅੰਗਦ ਸਾਹਿਬ ਜਦੋਂ ਗੁਰੂ ਕੇ ਘਰ ਵਿੱਚ ਆਉਂਦੇ ਨੇ, ਉਹ ਗੁਰੂ ਬਣ ਕੇ ਨਹੀਂ ਬਲਕਿ ਸਿੱਖ ਬਣ ਕੇ ਆਉਂਦੇ। ਆਪਣੀ ਜ਼ਿੰਦਗੀ ਦਾ ਬੜਾ ਲੰਮਾ ਸਮਾਂ ਤਕਰੀਬਨ 28 ਸਾਲ 1504 ਵਿੱਚ ਉਹਨਾਂ ਦਾ ਪ੍ਰਕਾਸ਼ ਹੈ, ਜਨਮ ਹੈ। 1504 ਤੋਂ ਲੈ ਕੇ 1528 ਤੱਕ ਉਹ ਸਿੱਖੀ ਦੀ ਗੱਲ ਨਹੀਂ ਕਰਦੇ ਬਲਕਿ ਆਪਣੀ ਜ਼ਿੰਦਗੀ ਜੋ ਪਿਤਾ ਜੀ ਕਰ ਰਹੇ ਨੇ, ਬਾਬਾ ਫੇਰੂ ਮੱਲ ਜੀ, ਵੈਸ਼ਨੋ ਦੇਵੀ ਦੀ ਪੂਜਾ ਕਰਨੀ, ਜਗਰਾਤੇ ਕਰਨੇ, ਉਹ ਸਾਰਾ ਕੁਝ ਨਿਭਾ ਰਹੇ। ਧਾਰਮਿਕ ਬਿਰਤੀ ਹੈ, ਬੜੇ ਮਿਹਨਤੀ ਹੈ, ਕਿਉਂਕਿ ਰਾਤ ਨੂੰ ਜਾਗਣਾ ਔਰ ਜੰਮੂ ਤੋਂ ਵੀ ਅੱਗੇ ਦੇਵੀ ਦੀ ਪੂਜਾ ਵਾਸਤੇ ਪਹੁੰਚਣਾ ਬੜੀ ਵੱਡੀ ਘਾਲਣਾ ਹੈ, ਬੜੀ ਵੱਡੀ ਮੁਸ਼ਕਤ ਹੈ। ਅਤੇ ਜਦੋਂ ਤੁਰਦੇ ਨੇ ਇਕਾਗਰ ਚਿੱਤ ਹੋ ਕੇ ਸਾਰਾ ਕੁਝ ਬੜੇ ਧਿਆਨ ਨਾਲ ਕਰਦੇ ਨੇ, ਲੇਕਿਨ ਜੀਵਨ ਦੇ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਹੋ ਰਹੀ, ਜੀਵਨ ਦੇ ਵਿੱਚ ਟਿਕਾਅ ਪ੍ਰਾਪਤ ਨਹੀਂ ਹੋ ਰਿਹਾ, ਹਿੰਦੁਸਤਾਨ ਦੀ ਗੁਲਾਮੀ ਵਿੱਚ ਕੋਈ ਅੰਤਰ ਨਹੀਂ ਆ ਰਿਹਾ, ਮਨ ਬੜਾ ਪਰੇਸ਼ਾਨ ਹੈ। ਔਰ ਮਾਲਕ ਨੇ ਕਿਰਪਾ ਕੀਤੀ, ਜਿਵੇਂ ਇਤਿਹਾਸਕ ਤੌਰ ਦੇ ਉੱਤੇ ਕਿਹਾ ਜਾਂਦਾ ਵੀ ਭਾਈ ਜੋਧ ਜੋ ਗੁਰੂ ਕੇ ਸਿੱਖ ਨੇ ਉਹ ਬਾਣੀ ਪੜ੍ਹ ਰਹੇ, ਜਿਵੇਂ ਭਾਈ ਸਾਹਿਬ ਜੀ ਨੇ ਬੜੇ ਰਸਦਾਇਕ ਤਰੀਕੇ ਨਾਲ ਹੁਕਮ ਸੁਣਾਇਆ ਨਾ, ਅੰਦਰ ਤੱਕ ਉਹ ਬੋਲ ਵੱਜਦੇ ਨੇ। ਫਿਰ ਜਦੋਂ ਰਸ ਕੇ ਬਾਣੀ ਪੜ੍ਹੀ ਜਾਏ, ਰਸ ਨਾਲ ਪੜ੍ਹੀ ਜਾਏ, ਸਵਾਦ ਨਾਲ ਪੜ੍ਹੀ ਜਾਏ, ਟਿਕਾ ਨਾਲ ਪੜ੍ਹੀ ਜਾਏ, ਵਿਸ਼ਰਾਮ ਦੇ ਕੇ ਪੜ੍ਹੀ ਜਾਏ, ਅਤੇ ਭਾਈ ਗੁਰਦਾਸ ਭਾਈ ਸਾਹਿਬ ਕਹਿੰਦੇ ਵੀ ਭਾਈ ਜੋਧ ਜੀ ਜਿਹੜੇ ਨੇ ਉਹ 21ਵੀਂ ਪੌੜੀ ਦਾ ਪਾਠ ਕਰ ਰਹੇ। ਜਿੱਤ ਸੇਵੇ ਹੈ ਸੁੱਖ ਪਾਈਏ, ਸੋ ਸਾਹਿਬ ਸਰਾ ਸੰਭਾਲੀ ਹੈ, ਜਿੱਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਨਾ ਹਾਰੀ ਹੈ ਅਤੇ ਵੇਹਾ ਪਾਸਾ ਢਾਲੀ ਹੈ, ਕਿਸ਼ ਲਾਹੇ ਉੱਪਰ ਘਾਲੀ ਹੈ। ਉਸ ਵੇਲੇ ਦੀ ਬੋਲੀ ਵਿੱਚ ਸਨ, ਬੜੀ ਛੇਤੀ ਸਮਝ ਲੱਗ ਗਈ ਭਾਸ਼ਾ ਦੀ, ਕਿਉਂਕਿ ਪੰਜਾਬ ਦੇ ਰਹਿਣ ਵਾਲੇ ਸਨ। ਅਤੇ ਜਦੋਂ ਸਮਝ ਲੱਗੀ, ਕੋਲ ਜਾ ਕੇ ਬਹਿ ਗਏ, ਕਹਿਣ ਲੱਗੇ ਵੀਰ ਮੇਰੇ 'ਤੇ ਕਿਰਪਾ ਕਰ, ਮੈਂ ਵੀ ਬੜਾ ਧਰਮ ਕਰਮ ਕਰਦਾ, ਪਰ ਮੇਰੇ 'ਤੇ ਅੱਜ ਜੋ ਕੁਝ ਮੈਂ ਸੁਣਿਆ ਨਾ ਵੀ ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸਰਾ ਸੰਭਾਲੀ ਹੈ, ਉਹਨੂੰ ਸੰਭਾਲਣਾ ਚਾਹੀਦਾ। ਜਿੱਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀ ਹੈ, ਬੜੀ ਮਹੱਤਵਪੂਰਨ ਗੱਲ ਹੈ, ਕਿਉਂਕਿ ਜੋ ਕੁਝ ਅਸੀਂ ਕਰਨਾ ਉਹ ਬੀਜ ਬਣਨਾ, ਕੋਈ ਮਨੁੱਖ ਫਿਰ ਉਹ ਤੋਂ ਮੁਨਕਰ ਨਹੀਂ ਹੋ ਸਕਦਾ। ਗੁਰਬਾਣੀ ਕਹਿੰਦੀ ਹੈ ਵੀ ਜਿਹਾ ਬੀਜਾ ਸੋ ਲੂਣਾ, ਕਰਮਾ ਸੰਦੜਾ ਖੇਤ, ਲੂਣੇ ਦਾਖ ਬਿਜੋਰੀਆਂ, ਕਿੱਕਰ ਬੀਜਾ ਜੱਟ, ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਜੀਵਨ ਦੇ ਵਿੱਚ ਇਹ ਖਿਆਲ ਵੀ ਮੈਂ ਇਹ ਕੁਝ ਕਰ ਰਿਹਾ, ਆਪਣੀ ਪੜਚੋਲ ਸ਼ੁਰੂ ਹੋ ਗਈ, ਆਪਣਾ ਸੈਲਫ ਐਗਜ਼ਾਮੀਨੇਸ਼ਨ ਸ਼ੁਰੂ ਹੋ ਗਿਆ। ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ। ਹਰ ਸਿੱਖ ਇਹ ਸੋਚੇ ਵੀ ਜੋ ਕੁਝ ਅਸੀਂ ਅੱਜ ਕਰ ਰਹੇ ਹਾਂ ਉਹਦਾ ਆਉਣ ਵਾਲੀ ਜਨਰੇਸ਼ਨ ਦੇ ਉੱਤੇ, ਕੱਲ੍ਹ ਸਾਡੇ ਭਵਿੱਖ ਦੇ ਉੱਤੇ, ਆਉਣ ਵਾਲੇ ਸਮੇਂ ਦੇ ਉੱਤੇ, ਆਉਣ ਵਾਲੀ ਸਿੱਖੀ ਦੇ ਉੱਤੇ ਕੀ ਪ੍ਰਭਾਵ ਪਏਗਾ, ਉਹਦਾ ਲਾਭ ਕੀ ਹੋਏਗਾ, ਉਹਦਾ ਨਤੀਜਾ ਕੀ ਹੋਏਗਾ, ਰਿਜ਼ਲਟ ਕੀ ਹੋਏਗਾ। ਇਹ ਬੜੀਆਂ ਮਹੱਤਵਪੂਰਨ ਗੱਲਾਂ ਸਨ ਪੰਕਤੀ, ਅੱਜ ਵੀ ਅਸੀਂ ਪੜ੍ਹਦੇ ਹਾਂ ਇਹ ਪੌੜੀ, 21 ਨੰਬਰ ਪੌੜੀ। ਜਿੱਤ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀ ਹੈ ਅਤੇ ਵੇਹਾ ਪਾਸਾ ਢਾਲੀ ਹੈ।
मैं तो सारी सारी रात जागदा हाँ, मेरी घालना बड़ी है, मैं इतों पैदल तुर के संग लैके जाता हाँ, घालना बड़ी है, पर उस घालना का लाभ की हो रहा है? क्योंकि एफर्ट करना लेकिन वो गलत तरीके ना हो। गुरु ग्रंथ साहब ने एक बड़ी बड़ी बात की, कहिंदे जिहड़ा साकत है ना, मनमुख बंदा है, वह कर्म तो करता, मेहनत बड़ी करता, पर उहदी मेहनत किदां दी है? जिवें एक लाइब्रेरी के अंदर चूहा वड़ के सारी रात किताबां नूं कुतरदा है, ग्रंथां नूं कुतरदा है, पुस्तकां नूं कुतरदा है, बड़ी मेहनत करता, वो सारी रात जागया लेकिन कभी जागण तो बाद किताबां दा सत्यानाश करन तो बाद कभी चूहे ने विद्वता हासिल की? सतगुरु कहिंदे जैसे कागद के भार मूसा टूक गवावत, काम नहीं गवारी रे। किते मनुख की घालना इहो जी तां ना होवे जिहड़ी कौमी पद्धर ते नुकसान करती होवे, परिवारक पद्धर ते नुकसान करती होवे, अपने जीवन में नुकसान पैदा होंदा होवे। गुरु अंगद साहब जी ने, भाई लहणा जी ने इस गल नूं विचारना आरंभ कर दिता कि जित कीता पाईए अपना साकाल बुरी क्यों घाली है, मंदा मूल ना कीचई दे लम्मी नज़र निहाली है, ज्यों साहिब नाल नहारी है ते वेहा पासा ढाली है। और गुरु नानक पातशाह जी शरण विच आ गए, शरण विच आए, दुकानदारी करते सन। पहले दिन दुकानदारी करन वाला बंदा जो पहुंचया, माता सुलखणी जी ने पूछा गुरु नानक साहब कित्थे है? गुरु नानक साहब नू मिले अपने ढंग दे नाल, खेतां च लै गए ते खेतां च जाके धान पुट्टण दी गल, धान विचों नदीन कढ़ण दी गल, ये सतगुरु पातशाह जी ने किरत करन दी गल जिहड़ी है अपने जीवन दे विच उहनू दर्शा दित्ती भी किरत दी महत्ता की है। 17 साल लगातार गुरु नानक पातशाह जी ने 1521 तो लैके 1539 तक 18 साल सिखी जिहड़ी प्रचारी है उहनू हुण निभाना किवें है? प्रैक्टिकल शेप दे के, प्रैक्टिकल स्टाइल दे विच किरत करदे आ, नाम जपदे आ, वंड छकदे आ, करतारपुर साहब रह के निभाण दा दर्शाया। और गुरु अंगद साहब उत्थे लै गए खेतां च धान दे विचों नदीन पुटना है। गुरु अंगद साहब, भाई लहणा जी नदीन पुटन की थां धान दे बूटे पुटी जांदे। सतगुरु कहिंदे भी इह तेरी हालत नहीं, पूरे विश्व पद्धर दे उत्ते लोकां दी हालत है, जो कुछ ग्रहण करना चाहीदा है उहनूं पुट के बाहर सुटदे आ, चंगे गुण धारण करन वास्ते तैयार नहीं हुंदा, ते जो कुछ नहीं ग्रहण करना उहनूं धारण करी जांदा, नदीन नूं बचाई जांदा। मनुख एक सिंबल है साडे वास्ते, संकेत है कि अवगणा नूं इकट्ठे करना, जहर नूं इकट्ठे करना। जिवें हुणे ही हुक्म सुणिया ना, काचा धन संचै मूर्ख गवार, मनमुख भूले अंध गवार, विख्या कै धन सदा दुख होए, ना साथ जाए ना प्राप्त होए, साचा धन गुरमति पाए, काचा धन फुन आवै जाए। अनेक इम्तिहान होए गुरु अंगद साहब जी दे, भाई लहणा जी दे, कदी मरी चूही बाहर कढ़ण दी गल, कदी कच्ची कंध ढह गई उहनूं रात नूं उसारन दी गल, ते लोकां दे सामने जदों सतगुरु पातशाह कहिंदे भी कंध उसारो, अद्धी रात बारिश पै रही है, बड़े लोग कहिंदे भी सच्चे पातशाह दिन चढ़ेगा ते आपां प्रबंध करांगे, काम साडा थोड़ी, इह तां मिस्त्रियां दा काम है, राज दा काम है, साडा काम थोड़ी है, असीं कित्थों उसारनी। पर गुरु अंगद पातशाह भाई लहणा जी दे सामने जदों हुक्म हुंदा है, कोई किंतू परंतु नहीं, क्योंकि भाई लहणे नूं पता है कि यह केवल कंध उसारन की गल नहीं, यह तो मेरे जीवन की उसारी की गल है, सिखी की उसारी की गल है, यह तो सिखी का महल उसारिया जा रहा है। अद्धी रात नूं कपड़े धो के लिया, बहुत सारे लोग ऑब्जेक्शन करते कि सच्चे पातशाह काम धोबियां का है, नीवें बंदियां का है, साडा काम थोड़ी है। पर गुरु अंगद पातशाह कोई किंतु परंतु नहीं करते, कोई ऑब्जेक्शन नहीं करते, उत्ते कोई अग्गों गलबात नहीं करते, क्योंकि वह समझ चुके ने सलाम जवाब दोवें करे, मुंडो कोथा जाए, नानक दोवें कूड़ियां थाए ना काई पाए। गुरु अंगद साहब का श्लोक के जीवन दे विच जे कुछ करना है तो कपड़े धोण बारे मैं कोई किंतु परंतु नहीं कर रहा, तुर पए। साखीकार ने बड़ी अनोखी गल लिखी, कहिंदे जो कपड़े धो रहे ना, कपड़े धोंदियां धोंदियां अद्धी रात नू सूरज चढ़ गया। हुण प्रकिरति दे निजमां अनुसार जो सूरज ने चढ़ना उदों चढ़ना है, यह किवें हो सकता अद्धी रात नू सूरज चढ़ गया?
ਪਰ ਸਾਖੀਕਾਰ ਲਿਖਦੇ ਨੇ ਕਿ ਜਦੋਂ ਕੱਪੜੇ ਧੋਰੇ ਰਾਵੀ ਦੇ ਕਿਨਾਰੇ ਅੱਧੀ ਰਾਤ ਨੂੰ ਸੂਰਜ ਚੜ੍ਹ ਗਿਆ। ਕਿਹੜਾ ਸੂਰਜ ਚੜ੍ਹਿਆ? ਅੱਜ ਗੁਰੂ ਅੰਗਦ ਸਾਹਿਬ ਨੂੰ ਸਮਝ ਲੱਗ ਗਈ ਵੀ ਜੋ ਕੁਝ ਮੈਂ 28 ਸਾਲ ਕਰਦਾ ਰਿਹਾ ਉਹ ਮੇਰੇ ਕੰਮ ਦੀ ਗੱਲ ਨਹੀਂ, ਬਲਕਿ ਮੇਰੇ ਗੁਰੂ ਨੇ ਮੈਨੂੰ ਹੁਣ ਸਮਝਾ ਦਿੱਤਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਕਿ ਮੇਰੇ ਜੀਵਨ ਦੇ ਵਿੱਚ ਆ ਆਤਮਿਕ ਰੋਸ਼ਨੀ ਮੈਨੂੰ ਨਹੀਂ ਪ੍ਰਾਪਤ ਹੋਣੀ। ਔਰ ਵੇਖੋ ਇੱਕ ਦਿਨ ਐਸਾ ਆ ਗਿਆ, ਲਾਂਗਰੀ ਕਹਿਣ ਲੱਗੇ ਅੱਜ ਬੜੀ ਬਾਰਿਸ਼ ਪਈ ਹੈ ਸੱਚੇ ਪਾਤਸ਼ਾਹ, ਅੱਜ ਲੱਕੜ ਦਾ ਪ੍ਰਬੰਧ ਨਹੀਂ ਹੋ ਸਕਦਾ ਅਤੇ ਖਾਣੇ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਤੁਸੀਂ ਆਪ ਹੀ ਕਰੋ ਕਿਸੇ ਤਰੀਕੇ ਨਾਲ। ਸਾਖੀਕਾਰ ਕਹਿੰਦੇ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਆ ਕਿੱਕਰ 'ਤੇ ਚੜੋ, ਇਹਨੂੰ ਦੋ ਹਲੂਣਾ ਅਤੇ ਹਲੂਣਾ ਦੇ ਕੇ ਇਹਨੂੰ ਜਦੋਂ ਹਿਲਾਓਗੇ ਤਾਂ ਮਠਿਆਈ ਡਿੱਗੇਗੀ। ਬਹੁਤ ਸਾਰੇ ਲੋਕ, ਬਾਬਾ ਸ੍ਰੀ ਚੰਦ ਵੀ ਨਾਲ ਕਹਿੰਦੇ, ਸਾਰੇ ਇਨਕਾਰੀ ਹੋ ਗਏ ਵੀ ਸੱਚੇ ਪਾਤਸ਼ਾਹ ਤੁਸੀਂ ਬਜ਼ੁਰਗ ਹੋਣ ਕਰਕੇ ਇੱਦਾਂ ਦੀਆਂ ਗੱਲਾਂ ਕਰਦੇ ਹੋ ਅਤੇ ਕਦੀ ਕਿੱਕਰਾਂ ਤੋਂ ਮਠਿਆਈ ਡਿੱਗਦੀ ਹੈ। ਭਾਈ ਲਹਿਣਾ ਜੀ ਨੂੰ ਹੁਕਮ ਕੀਤਾ ਅਤੇ ਭਾਈ ਲਹਿਣਾ ਜੀ ਨੂੰ ਜਦੋਂ ਹੁਕਮ ਕੀਤਾ ਨਾ, ਉਹ ਤਿਆਰ ਹੋ ਗਏ ਕਿੱਕਰ 'ਤੇ ਚੜ੍ਹਨ ਵਾਸਤੇ, ਕਿੱਕਰ ਨੂੰ ਹਲੂਣਾ ਦੇਣ ਵਾਸਤੇ। ਬਾਬਾ ਸ੍ਰੀ ਚੰਦ ਜੀ ਅੱਗੇ ਹੋਏ, ਬਾਂਹ ਫੜ ਕੇ ਕਹਿਣ ਲੱਗੇ, ਭਾਈ ਲਹਿਣੇ ਆ ਇਹ ਗੱਲ ਚੇਤੇ ਰੱਖੀ, ਬਾਪੂ ਬੁੱਢਾ ਹੋ ਚੁੱਕਾ ਹੈ। ਉਹ ਇਹੋ ਜਿਹੀਆਂ ਗੱਲਾਂ ਤਾਂ ਕਰ ਰਹੇ, ਤੂੰ ਨੌਜਵਾਨ ਬੰਦਾ ਤੂੰ ਸੋਚ ਤਾਂ ਸਹੀ, ਕਦੀ ਕਿੱਕਰ ਤੋਂ ਮਠਿਆਈ ਡਿੱਗ ਸਕਦੀ ਹੈ? ਭਾਈ ਲਹਿਣਾ ਜੀ ਕਹਿਣ ਲੱਗੇ ਕਿੱਕਰ ਤੋਂ ਮਠਿਆਈ ਡਿੱਗਣਾ ਮੇਰਾ ਕੰਮ ਨਹੀਂ ਹੈ, ਇਹ ਤਾਂ ਗੁਰੂ ਨਾਨਕ ਨੂੰ ਪਤਾ ਹੈ, ਮੇਰਾ ਕੰਮ ਕੇਵਲ ਹੁਕਮ ਮੰਨਣਾ ਹੈ। ਮੈਂ ਕੇਵਲ ਇੱਕ ਗੱਲ ਤਸਲੀਮ ਕੀਤੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਮੈਂ ਕੇਵਲ ਆਪਣੀ ਜ਼ਿੰਦਗੀ ਵਿੱਚ ਹੁਕਮ ਮੰਨਣਾ, ਔਰ ਜੇ ਸਿੱਖ ਕਿਤੇ ਅੱਜ ਹੁਕਮ ਮੰਨ ਲਵੇ ਤਾਂ ਅਮਰ ਦੇ ਉੱਤੇ ਕਾਹਦਾ ਕਿੰਤੂ ਪ੍ਰੰਤੂ, ਕਕਾਰਾਂ ਦੇ ਉੱਤੇ ਕਾਹਦਾ ਕਿੰਤੂ ਪ੍ਰੰਤੂ, ਕਿਉਂ ਕਹੇ ਵੀ ਮੈਂ ਅੰਮ੍ਰਿਤ ਕਦੋਂ ਛਕਣਾ, ਕਿਉਂ ਛਕਣਾ, ਅਜੇ ਮੇਰੀ ਤਿਆਰੀ ਹੋ ਰਹੀ, ਇਹ ਤਾਂ ਗੁਰੂ ਦਾ ਹੁਕਮ ਹੈ, ਕੋਈ ਓਬਜੈਕਸ਼ਨ ਨਹੀਂ, ਕੋਈ ਕਿੰਤੂ ਪ੍ਰੰਤੂ ਨਹੀਂ। ਫਿਰ ਮੁਰਦਾ ਰੱਖ ਦਿੱਤਾ ਸਾਹਮਣੇ, ਬਹੁਤ ਸਾਰੇ ਲੋਕ ਨਾਲ ਤੁਰੇ, ਪਿੱਛੇ ਹਟ ਗਏ, ਬੜੇ ਡਰਾਉਣੇ ਢੰਗ ਦੇ ਨਾਲ ਗੁਰੂ ਸਾਹਿਬ ਨੇ ਭਜਾਏ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਅਤੇ ਜਦੋਂ ਭਾਈ ਲਹਿਣਾ ਗੰਭੀਰ ਹੋ ਗਏ ਨਾ, ਅਤੇ ਭਾਈ ਲਹਿਣਾ ਜੀ ਗੰਭੀਰ ਹੋ ਕੇ ਸੋਚਣ ਲੱਗ ਪਏ, ਜਦੋਂ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਇਹਨੂੰ ਖਾਣਾ ਹੈ, ਸਤਿਗੁਰੂ ਕਹਿੰਦੇ ਤੈਨੂੰ ਮੈਂ ਕਿਹਾ ਸੀ ਤੂੰ ਵੀ ਵਾਪਸ ਹੋ ਜਾ, ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ ਮੈਂ ਹੁਕਮ ਉਡੀਰਿਆ, ਕਿੱਧਰੋਂ ਸ਼ੁਰੂ ਕਰਨਾ? ਅਤੇ ਜਦੋਂ ਜਾਣ ਵਾਸਤੇ ਕਿਹਾ ਵੀ ਅਜੇ ਵੀ ਸੋਚ, ਅਜੇ ਵੀ ਵਿਚਾਰ, ਵਾਪਸ ਹੋ ਸਕਦਾ, ਜਾ ਸਕਦਾ, ਜਿਵੇਂ ਬਾਕੀ ਲੋਕ ਭੱਜ ਗਏ ਨੇ ਵਾਪਸ ਹੋ ਗਏ ਨੇ, ਭਾਈ ਲਹਿਣਾ ਜੀ ਨੇ ਇੱਕੋ ਗੱਲ ਕਹੀ, ਸੱਚੇ ਪਾਤਸ਼ਾਹ ਜਿਹੜੇ ਵਾਪਸ ਹੋ ਗਏ ਉਹਨਾਂ ਦੇ ਆਪਣੇ ਟਿਕਾਣੇ, ਮੈਂ ਘਰੋਂ ਟਿਕਾਣਾ ਲੱਭਣ ਵਾਸਤੇ ਤੁਰਿਆ ਅਤੇ ਮੇਰਾ ਟਿਕਾਣਾ ਗੁਰੂ ਨਾਨਕ ਤੋਂ ਬਿਨਾਂ ਕੋਈ ਨਹੀਂ। ਅਤੇ ਗੁਰੂ ਨਾਨਕ ਨੇ ਗਲਵੱਕੜੀ 'ਚ ਲਿਆ, ਕਹਿਣ ਲੱਗੇ ਲਹਿਣਿਆ ਜੇ ਤੂੰ ਘਰੋਂ ਟਿਕਾਣਾ ਲੱਭਣ ਵਾਸਤੇ ਤੁਰਿਆ, ਤੇਰਾ ਟਿਕਾਣਾ ਗੁਰੂ ਨਾਨਕ ਤੋਂ ਬਿਨਾਂ ਕੋਈ ਨਹੀਂ, ਅਤੇ ਅੱਜ ਮੈਂ ਜੋ ਕੁਝ ਕਰ ਰਿਹਾ ਮੈਂ ਵੀ ਟਿਕਾਣਾ ਲੱਭਣ ਵਾਸਤੇ ਕਰ ਰਿਹਾ। ਜੇ ਤੇਰਾ ਟਿਕਾਣਾ ਗੁਰੂ ਨਾਨਕ ਤੋਂ ਬਿਨਾਂ ਕੋਈ ਨਹੀਂ, ਅੱਜ ਗੁਰੂ ਨਾਨਕ ਦਾ ਟਿਕਾਣਾ ਵੀ ਭਾਈ ਲਹਿਣਾ ਤੋਂ ਬਿਨਾਂ ਕੋਈ ਨਹੀਂ। ਗਲਵੱਕੜੀ 'ਚ ਲਿਆ, ਸੰਗਤ ਇਕੱਠੀ ਕੀਤੀ, ਪਰਿਕਰਮਾ ਕੀਤੀਆਂ, ਉਹਨੂੰ ਮੱਥਾ ਟੇਕ ਦਿੱਤਾ, ਲੋਕ ਆਖਣ ਇਹ ਉਲਟੀ ਗੰਗਾ ਵਹਾ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਇਹ ਮਤ ਸਮਝੋ ਕਿ ਕੇਵਲ 10ਵੇਂ ਜਾਮੇ ਵਿੱਚ ਬਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ, ਅੱਜ ਆਪੇ ਗੁਰ ਚੇਲਾ ਦੀ ਕਹਾਣੀ ਅੱਜ ਆਰੰਭ ਹੋ ਗਈ। ਜਦੋਂ ਭਾਈ ਲਹਿਣਾ ਜੀ ਨੂੰ ਸਤਿਗੁਰੂ ਨੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਨਮਸਕਾਰ ਕਰ ਦਿੱਤੀ, ਜਿਸ ਅਮਰ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਸਨ, ਕਰ ਰਹੇ ਨੇ, ਕੱਲ੍ਹ ਮੈਂ ਆਪ ਜੀ ਨਾਲ ਬਤਨ ਸਾਂਝੇ ਕੀਤੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੇ, ਕਿ ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਬੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਕਰ ਅੰਮ੍ਰਿਤ ਘੱਟ ਮਾਹੀ ਜੀਓ। ਸਤਿਗੁਰੂ ਦੀ ਗੋਸ਼ਟੀ ਪੜ੍ਹ ਕੇ ਵੇਖੋ ਤੁਸੀਂ ਭਰਥਰ ਦੇ ਨਾਲ, ਸਤਿਗੁਰੂ ਕਹਿੰਦੇ ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾ ਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੈ ਭਾਉ ਤਰੇ। ਜਿਹੜਾ ਅੰਮ੍ਰਿਤ ਦਾ ਵਪਾਰੀ ਹੈ ਉਹ ਦੂਜੇ ਪਾਸੇ ਕਿਉਂ ਨਿਗਾਹ ਲੈ ਕੇ ਜਾਏਗਾ, ਦੂਜੇ ਪਾਸੇ ਕਿਉਂ ਝਾਕੇਗਾ,
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਵੈ ਕੁੰਠੈ ਕਰੈ ਕਿਆ ਸਿਫਤੀ ਰਤਾ ਸਦ ਵੈ ਰਾਗੀ ਜੂਹੈ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਸਾਨੂੰ ਕਈ ਵਾਰੀ ਭੁਲੇਖਾ ਲੱਗਦਾ ਵੀ ਅੰਮ੍ਰਿਤ ਦੀ ਗੱਲ ਸ਼ਾਇਦ ਦਸਵੇਂ ਜਾਮੇ 'ਚ ਜਾ ਕੇ ਹੋਈ ਹੈ, ਪਹਿਲਿਆਂ ਨੇ ਤਾਂ ਗੱਲ ਹੀ ਨਹੀਂ ਕੀਤੀ ਅੰਮ੍ਰਿਤ ਦੀ। ਮੈਂ ਕਹਿੰਦਾ ਸਾਰੇ ਅੰਮ੍ਰਿਤਧਾਰੀ ਨੇ ਕਿ ਜਿਹੜੀ ਰਹਿਤ ਮਰਜ਼ਾਦਾ ਜੀ ਨੇ ਸਮਝਾਈ ਹੈ, ਨਿਯਮ ਉਪ ਨਿਯਮ ਸਮਝਾਏ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਤੱਕ ਨਹੀਂ ਪਾਲੇ ਗਏ। 1675 ਤੋਂ ਲੈ ਕੇ 1699 ਤੱਕ ਗੋਬਿੰਦ ਰਾਏ ਜੀ ਨੇ ਸੇਵਾ ਨਿਭਾਈ ਗੁਰਤਾ ਗੱਦੀ ਦੇ ਉੱਤੇ। ਕੀ ਉਹਨਾਂ ਦੇ ਨਿਯਮਾਂ ਨੂੰ ਨਹੀਂ ਮੰਨਦੇ ਉਹ ਜਿਹੜੇ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਦਰਸਾਏ ਹੈ? ਕੀ ਉਹ ਪਹਿਲਾਂ ਨਿਯਮ ਨਹੀਂ ਚੱਲ ਰਹੇ? ਕੀ ਗੋਬਿੰਦ ਰਾਏ ਜੀ ਉਹਨਾਂ ਦੀ ਪਾਲਣਾ ਨਹੀਂ ਕਰ ਰਹੇ 1699 ਤੱਕ? ਕਿਉਂਕਿ ਅੰਮ੍ਰਿਤ ਸੰਚਾਰ ਤਾਂ 1699 'ਚ ਹੋ ਰਿਹਾ, ਪਾਲਣਾ ਹੋ ਰਹੀ ਹੈ, ਪਹਿਲੇ ਜਾਮੇ ਤੋਂ ਪਾਲਣਾ ਹੋ ਰਹੀ ਹੈ। ਜਦੋਂ ਹੁਣ ਖੀਵਾ ਅੰਮ੍ਰਿਤ ਧਾਰੇ ਦੀ ਗੱਲ ਸਮਝ ਲੱਗੀ ਨਾ, ਤਾਂ ਫਿਰ ਗੁਰੂ ਅੰਗਦ ਸਾਹਿਬ ਵੀ ਬੋਲ ਉੱਠੇ। ਜਦੋਂ ਗੁਰੂ ਬਣੇ ਬਾਣੀ ਉਚਾਰਨ ਕੀਤੀ, ਕਹਿਣ ਲੱਗੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ, ਜਿਨੀ ਪੀਤਾ ਤਿਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦਿ। ਕਹਿੰਦੇ ਅੰਮ੍ਰਿਤ ਤਾਂ ਸਾਡੇ ਅੰਦਰ ਪਿਆ, ਮੇਰੇ ਅੰਦਰ ਪਿਆ ਸੀ, ਤੁਹਾਡੇ ਅੰਦਰ ਵੀ ਪਿਆ, ਗੁਰੂ ਨੇ ਪ੍ਰਗਟ ਕਰ ਦਿੱਤਾ ਅੱਜ। ਹੁਣ ਉਹ ਪ੍ਰਗਟ ਏਦਾਂ ਹੋਇਆ ਵੀ ਹੁਣ ਅੰਮ੍ਰਿਤ ਬਾਣੀ ਤੱਤ ਬਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਹੁਣ ਅੰਦਰੋਂ ਅੰਮ੍ਰਿਤ ਫੁੱਟਦਾ, ਸਲੋਕ ਉਚਾਰਨ ਕੀਤੇ, ਉਹ ਕੀ ਅੰਮ੍ਰਿਤ ਨਹੀਂ? ਗੁਰੂ ਅੰਗਦ ਸਾਹਿਬ ਨੇ ਇਹ ਦਾਤ ਪ੍ਰਾਪਤ ਕੀਤੀ ਕਦੋਂ? ਮੈਂ ਬੇਨਤੀ ਫਿਰ ਕਰਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਰਾਹੀਂ। ਉਹ ਕਹਿੰਦੇ ਗੁਰ ਅੰਗਦ ਗੁਰਸਿੱਖ ਬਾਣੇ ਆਇਆ, ਜਦੋਂ ਗੁਰਸਿੱਖ ਬਣ ਕੇ ਬਾਬੇ ਦੇ ਘਰ ਵਿੱਚ ਆਇਆ ਤਾਂ ਇਹ ਦਾਤ ਪ੍ਰਾਪਤ ਹੋਈ। ਹੁਣ ਵੇਖੋ ਜਿਸ ਗੁਰੂ ਅਮਰਦਾਸ ਬਾਜੀ ਪਾਤਸ਼ਾਹ ਜੀ ਦੇ ਬਾਰੇ ਆਪਾਂ ਪੜ੍ਹਦੇ ਹਾਂ ਵੀ ਦੁਨੀਆਂ ਦੀ ਕੋਈ ਤਾਕਤ ਜਿਹੜੀ ਹੈ, ਦੁਨੀਆਂ ਦੀ ਕੋਈ ਕਲਮ, ਕੋਈ ਸਕਾਲਰ ਜਿਹੜਾ ਹੈ ਗੁਰੂ ਅਮਰਦਾਸ ਜੀ ਦੀ ਵਿਆਖਿਆ ਨਹੀਂ ਕਰ ਸਕਦਾ। ਆਪਾਂ ਸਵਈਆ ਪੜ੍ਹਦੇ ਹਾਂ ਬੜੇ ਪਿਆਰ ਦੇ ਨਾਲ, ਭੱਟਾ ਨੇ ਗੱਲ ਲਿਖੀ ਹੈ, ਘਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ, ਰੱਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭੱਲੇ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੈ। ਪਰ ਇਹ ਦਾਤ ਮਿਲੀ ਕਿਵੇਂ? ਕੀ ਦਾਤ ਕਰਮ ਕਾਂਡ ਕਰਦਿਆਂ ਮਿਲ ਗਈ, ਆਪਣੀ ਮਰਜ਼ੀ ਵਿੱਚ ਮਿਲ ਗਈ? ਕਿਉਂਕਿ ਗੁਰੂ ਅਮਰਦਾਸ ਜੀ ਦਾ ਜੀਵਨ ਬਹੁਤ ਲੰਮਾ ਸਮਾਂ, ਇੱਕ ਸਾਲ ਨਹੀਂ ਬਲਕਿ 62 ਸਾਲ, ਗੁਰੂ ਅੰਗਦ ਸਾਹਿਬ 28 ਸਾਲ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 62 ਸਾਲ ਕਰਮ ਕਾਂਡ ਕਰਦਿਆਂ, ਤੀਰਥ ਯਾਤਰਾ ਕਰਦਿਆਂ, ਦਾਨ ਪੁੰਨ ਕਰਦਿਆਂ, ਜੋ ਦੁਨੀਆਂ ਦਾ ਭੇਖ ਸੀ ਉਹ ਕਰਦਿਆਂ ਆਪਣਾ ਬਤੀਤ ਕੀਤਾ। ਲੇਕਿਨ ਅੱਜ ਬੀਬੀ ਅਮਰੋ ਜੀ ਦਾ ਹੀ ਕਿਰਪਾ ਹੋਈ, ਕਾਸ਼ ਅੱਜ ਵੀ ਸਾਡੇ ਘਰਾਂ ਵਿੱਚ ਸਾਡੀ ਮਾਂ ਬੀਬੀ ਅਮਰੋ ਦਾ ਰੂਪ ਧਾਰਨ ਕਰ ਸਕੇ, ਸਾਡੀ ਬੱਚੀ ਬੀਬੀ ਅਮਰੋ ਦਾ ਰੂਪ ਧਾਰਨ ਕਰ ਸਕੇ, ਸਾਡੀ ਨੂੰ ਬੀਬੀ ਅਮਰੋ ਦਾ ਰੂਪ ਧਾਰਨ ਕਰ ਸਕੇ। ਮੈਂ ਬੇਨਤੀ ਕਰਦਾ ਹੁੰਦਾ, ਪਰਸੋਂ ਚੌਥ ਵੀ ਪਿਛਲੇ ਐਤਵਾਰ ਨੂੰ ਗਿਆਨੀ ਸਾਹਿਬ ਸਿੰਘ ਜੀ ਦੇ ਪੋਤਰੇ ਦੀ ਦਸਤਾਰਬੰਦੀ ਸੀ, ਦਾਸ ਉੱਥੇ ਬੇਨਤੀ ਕਰ ਰਿਹਾ ਸੀ ਵੀ ਅੱਜ ਅਸੀਂ ਟਕਸਾਲਾਂ ਦੀ ਗੱਲ ਕਰਦੇ ਹਾਂ, ਝਗੜੇ ਕਰਦੇ ਹਾਂ, ਪਰ ਸੱਚ ਜਾਣਿਓ ਜਦੋਂ ਤੱਕ ਅਸੀਂ ਮਾਂ ਦੀ ਗੋਦ ਨੂੰ ਟਕਸਾਲ ਨਹੀਂ ਨਾ ਬਣਾਉਂਦੇ ਜਿੱਥੇ ਸਾਡੇ ਬੱਚਿਆਂ ਦੀ ਘਾੜਤ ਘੜੀ ਜਾਣੀ ਹੈ, ਉਦੋਂ ਤੱਕ ਸਾਡਾ ਕੋਈ ਪਾਰ ਉਤਾਰਾ ਨਹੀਂ ਹੋਣਾ। ਸਭ ਤੋਂ ਵੱਡੀ ਸਾਡੀ ਟਕਸਾਲ ਜਿਹੜੀ ਹੈ ਉਹ ਮਾਂ ਦੀ ਗੋਦ। ਗੋਬਿੰਦ ਰਾਏ ਦੀ ਘਾੜਤ ਕਿਹਨੇ ਘੜੀ? ਮਾਤਾ ਨਾਨਕੀ ਦੀ ਗੋਦ ਨੇ, ਦਾਦੀ ਦੀ ਗੋਦ ਨੇ, ਮਾਤਾ ਗੁਜਰ ਕੌਰ ਦੀ ਗੋਦ ਨੇ। ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਘਾੜਤ ਕਿਹਨੇ ਘੜੀ? ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਘਾੜਤ ਕਿਹਨੇ ਘੜੀ? ਉਹ ਦਾਦੀ ਦੀ ਟਕਸਾਲ ਨੇ, ਉਸ ਗੋਦੀ ਨੇ। ਅਤੇ ਅੱਜ ਉਹ ਕਿੱਡੀ ਭਾਗਾਂ ਵਾਲੀ ਨੂੰ ਜਿਹੜੀ ਬਾਣੀ ਪੜ੍ਹ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੜ੍ਹ ਰਹੀ ਹੈ, ਕਰਨੀ ਕਾਗਦ ਮਨ ਮਸ ਬਾਣੀ ਬੁਰਾ ਭਲਾ ਦੋ ਲੇਖ ਪਏ, ਤਿਉਂ ਤਿਉਂ ਕਿਰਤ ਜਿਉਂ ਜਿਉਂ ਕਿਰਤ ਚਲਾਏ ਤੋ ਚਲੀਏ ਤੋ ਗੁਣ ਨਾਹੀਂ ਅੰਤ ਹਰੇ। ਅਤੇ ਕੋਲ ਆ ਕੇ ਬਹਿ ਕੇ ਕਹਿਣ ਲੱਗੇ ਬੇਟਾ ਮੇਰੇ 'ਤੇ ਕਿਰਪਾ ਕਰ, ਆਹ ਜਿਹੜੀਆਂ ਤੂੰ ਗੱਲਾਂ ਕਰਦੀ ਨਾ ਇਹ ਮੈਨੂੰ ਸਮਝ ਲੱਗਦੀਆਂ, ਅੱਜ ਮੈਂ ਬਹੁਤ ਲੰਮਾ ਸਮਾਂ ਝੱਖ ਮਾਰਨ ਦਾ ਯਤਨ ਕੀਤਾ, ਮੈਨੂੰ ਲੱਗਦਾ ਅੱਜ ਸਭ ਕੁਝ ਵਿਅਰਥ ਕਰਦਾ ਰਿਹਾ, ਮੇਰਾ ਸਮਾਂ ਅਜਾਈ ਚਲਾ ਗਿਆ। ਔਰ ਮੈਨੂੰ ਟੁੰਬਿਆ ਉਸ ਬੰਦੇ ਨੇ ਜਿਹਨੂੰ ਮੈਂ ਪ੍ਰਸ਼ਾਦਾ ਛਕਾਇਆ, ਕਹਿਣ ਲੱਗਾ ਤੈਨੂੰ ਇਹ ਸੇਵਾ ਕਰਨ ਦੀ ਗੱਲ ਕਿਹਨੇ ਦੱਸੀ, ਕਿਹੜਾ ਗੁਰੂ ਤੇਰਾ
ਕਹਿੰਦੇ ਮੈਂ ਆਖਿਆ ਸੀ ਮੇਰੇ ਤਾਂ ਗੁਰੂ ਕੋਈ ਨਹੀਂ, ਉਹ ਕਹਿਣ ਲੱਗਾ ਮੇਰਾ ਜੀਵਨ ਭ੍ਰਿਸ਼ਟ ਕਰ ਦਿੱਤਾ। ਔਰ ਸੱਚ ਜਾਣਿਓ ਦੋ ਪੱਟੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਗੁਰੂ ਨਾਨਕ ਸਾਹਿਬ ਜੀ ਦੀ ਪੱਟੀ, ਫਿਰ ਉਸੇ ਪੈਟਰਨ ਦੇ ਉੱਤੇ ਗੁਰੂ ਅਮਰਦਾਸ ਜੀ ਦੀ ਪੱਟੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦਾ ਥੀਮ ਰੱਖਿਆ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ, ਤੂੰ ਇਹੋ ਜਿਹਾ ਐਜੂਕੇਸ਼ਨ ਕਿਉਂ ਪ੍ਰਾਪਤ ਕੀਤਾ, ਇਹੋ ਜਿਹੀ ਪੜ੍ਹਾਈ ਕਿਉਂ ਕੀਤੀ ਜਿਹਦੇ ਨਾਲ ਤੂੰ ਲੇਖੇ ਹਿਸਾਬ ਤੋਂ ਸੁਰਖੁਰੂ ਨਾ ਹੋ ਸਕਿਆ। ਉਹਦੇ ਅੰਦਰ ਫਿਰ ਦੋ ਗੱਲਾਂ ਕੀਤੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇੱਕ ਤਾਂ ਕਹਿਣ ਲੱਗੇ ਦੁਨੀਆਂ ਦੇ ਲੋਕੋ ਮੇਰਾ ਬਹੁਤ ਵੱਡਾ ਤਜਰਬਾ ਹੈ, ਮੈਂ ਤੁਹਾਨੂੰ ਬਿਲਕੁਲ ਅੱਜ ਡਾਂਕੇ ਦੀ ਚੋਟ ਦੇ ਉੱਤੇ ਕਹਿਣਾ ਚਾਹੁੰਦਾ ਹਾਂ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਕਹਿਣ ਲੱਗੇ ਮੇਰੇ ਵਰਗਾ ਬੰਦਾ ਕਿੰਨਾ ਤੀਰਥ ਯਾਤਰਾ ਕੀਤੀ, ਕਿੰਨੇ ਦਾਨ ਪੁੰਨ ਕੀਤੇ, ਕੋਈ ਸੌਖਾ ਕੰਮ ਹੈ ਮਹੀਨਾ ਮਹੀਨਾ ਖਰਚਾ ਲੈ ਕੇ ਤੁਰਨਾ, ਪਿੱਛੇ ਪਰਿਵਾਰ ਨੂੰ ਖਰਚਾ ਦੇਣਾ, ਇੰਨਾ ਐਫਰਟ ਕਰਨਾ ਬੁਢੇਪੇ ਦੇ ਵਿੱਚ ਜਾ ਕੇ ਵੀ। ਕਹਿਣ ਲੱਗੇ ਅੱਜ ਮੈਨੂੰ ਸਮਝ ਲੱਗੀ ਸਤਿਗੁਰ ਬਾਝੋਂ ਗੁਰ ਨੇ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਫਿਰ ਕਹਿੰਦੇ ਅੱਜ ਮੇਰਾ ਤਜਰਬਾ ਬੋਲਦਾ ਹੈ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਇਹ ਉਸ ਪੱਟੀ ਦੀ ਲਾਸਟ ਪੰਕਤੀ ਹੈ। ਲੇਖੇ ਦੇ ਮੁਕਤ ਹੋਣਾ ਚਾਹੁੰਦੇ, ਲੇਖੇ ਹਿਸਾਬ ਤੋਂ ਸੁਰਖਰੂ ਹੋਣਾ ਚਾਹੁੰਦੇ ਆ ਨਾ, ਅਤੇ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਅਤੇ ਹੁਣ ਸਤਿਗੁਰੂ ਕਿਵੇਂ ਮਿਲਣਾ? ਅਤੇ ਅੱਜ ਕਹਿਣ ਲੱਗੇ ਬੇਟਾ ਮੈਨੂੰ ਲੈ ਕੇ ਚੱਲ। ਔਰ ਮੈਂ ਬੇਨਤੀ ਕਰਦੇ ਹਾਂ, ਕਈ ਵਾਰੀ ਸਾਨੂੰ ਇੰਝ ਲੱਗਦਾ ਜਿਵੇਂ ਗੁਰੂ ਅੰਗਦ ਸਾਹਿਬ ਨੂੰ ਅੱਜ ਪਹਿਲੀ ਵਾਰੀ ਮਿਲੇ ਹੋਣ, ਗੁਰੂ ਨਾਨਕ ਸਾਹਿਬ ਦੇ ਬਾਰੇ ਕਦੀ ਸੁਣਿਆ ਹੀ ਨਾ ਹੋਵੇ, ਗੁਰੂ ਅੰਗਦ ਸਾਹਿਬ ਦੇ ਬਾਰੇ ਕਦੀ ਸੁਣਿਆ ਨਾ ਹੋਵੇ। ਮੈਂ ਥੋੜ੍ਹੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਗੁਰੂ ਨੂੰ ਵੇਖਣਾ ਉਹ ਵੀ ਇੱਕ ਵਿਲੱਖਣਤਾ ਹੈ। ਕੇਵਲ ਆ ਕੇ ਰੁਮਾਲਿਆਂ ਦੇ ਦਰਸ਼ਨ ਕਰਕੇ ਚਲੇ ਜਾਣਾ, ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਚਲੇ ਜਾਣਾ, ਇੱਥੇ ਲੱਗੀਆਂ ਲਾਈਟਾਂ ਦੇ ਦਰਸ਼ਨ ਕਰਕੇ ਚਲੇ ਜਾਣਾ, ਗੁਰੂ ਅਮਰਦਾਸ ਜੀ ਨੇ ਬੜੀ ਸਪਸ਼ਟਤਾ ਦਿੱਤੀ ਇਹਦੇ ਉੱਤੇ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਥੋੜ੍ਹੀ ਜਿਹੀ ਫਿਗਰਸ ਤੁਹਾਡੇ ਸਾਹਮਣੇ ਰੱਖਾਂ। 1469 ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼, 1479 ਗੁਰੂ ਅਮਰਦਾਸ ਜੀ ਦਾ ਪ੍ਰਕਾਸ਼। ਕੇਵਲ 10 ਸਾਲ ਛੋਟੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਤੋਂ। 1504 ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼, 1534 ਗੁਰੂ ਰਾਮਦਾਸ ਜੀ ਦਾ ਪ੍ਰਕਾਸ਼, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ 1539 ਵਿੱਚ। ਇਹਦਾ ਮਤਲਬ ਚਾਰ ਗੁਰੂ ਸਰੀਰ ਗੁਰੂ ਰਾਮਦਾਸ ਜੀ ਸਮੇਤ ਇਸ ਪੰਜਾਬ ਦੀ ਧਰਤੀ 'ਤੇ ਮੌਜੂਦ ਨੇ, ਸਮਕਾਲੀ ਨੇ, ਇੱਕੋ ਸਮੇਂ 'ਤੇ। ਘਰ ਘਰ ਬਾਬਾ ਗਾਵੀ ਹੈ, ਘਰ ਘਰ ਬਾਬਾ ਪੂਜੀ ਹੈ, ਹਿੰਦੂ ਦੇ ਘਰ, ਮੁਸਲਮਾਨ ਦੇ ਘਰ, ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਸਿੱਧੀ ਹੋਵੇ ਅਤੇ ਗੁਰੂ ਅਮਰਦਾਸ ਜੀ ਨੂੰ ਕੋਈ ਪਤਾ ਨਾ ਹੋਵੇ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ। ਹੁਣ ਅਗਲੀ ਗੱਲ ਤੁਹਾਡੇ ਨਾਲ ਕਰਾਂ ਕਿ ਬੀਬੀ ਅਮਰੋ ਜੀ ਵਿਆਹੀ ਕਿਹਨੂੰ? ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ। ਜਦੋਂ ਬਰਾਤ ਵਿੱਚ ਆਏ ਹੋਣਗੇ ਗੁਰੂ ਅੰਗਦ ਸਾਹਿਬ ਨੂੰ ਵੇਖਿਆ ਨਹੀਂ ਹੋਏਗਾ। ਜਦੋਂ ਗੁਰੂ ਅੰਗਦ ਸਾਹਿਬ ਜੀ ਆਪਣੀ ਬੇਟੀ ਨੂੰ ਮਿਲਣ ਜਾਂਦੇ ਹੋਣਗੇ ਕਦੀ ਦਰਸ਼ਨ ਨਹੀਂ ਹੋਏ ਹੋਣਗੇ, ਕਦੀ ਨਹੀਂ ਮਿਲੇ ਹੋਣਗੇ, ਕਦੀ ਕੋਲ ਬੈਠਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ ਹੋਵੇਗਾ। ਰਿਸ਼ਤੇਦਾਰੀ ਹੈ, ਬਹੁਤ ਗੂੜੀ ਰਿਸ਼ਤੇਦਾਰੀ, ਕੁੜਮਾਚਾਰੀ ਹੈ। ਅਤੇ ਅੱਜ ਆ ਗਏ ਗੁਰੂ ਦੇ ਕੋਲ, ਅਤੇ ਗੁਰੂ ਕੋਲ ਆ ਕੇ ਜਦੋਂ 11 ਸਾਲ ਸੇਵਾ ਨਿਭਾਈ, ਇੱਕ ਸਾਲ ਨਹੀਂ, ਦੋ ਸਾਲ ਨਹੀਂ, 11 ਸਾਲ ਦਾ ਕੋਰਸ ਕੀਤਾ ਗੁਰਮਤਿ ਦਾ। ਆ ਜਿਹੜੀ ਗੱਲ ਆਪਾਂ ਕਹਿੰਦੇ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ, ਇਹ 11 ਸਾਲ ਮਿਹਨਤ ਕਰਨ ਤੋਂ ਬਾਅਦ ਔਰ ਇਹ ਸਾਬਤ ਕਰਨ ਤੋਂ ਬਾਅਦ, ਜਦੋਂ ਲੋਕ ਕਹਿੰਦੇ 70 ਕਾ ਮਤਹੀਣ, 60 ਕੇ ਵਢੇਪਾ ਆਵੈ, 70 ਕਾ ਮਤਹੀਣ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਧ ਕੀਤਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਕਦੀ ਬੁੱਢੇ ਨਹੀਂ, ਗੁਰਮੁਖ ਤਾਈ ਦਾ ਧਰਮ ਦਾ ਜੀਵਨ ਦੀ ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰੂ ਬਣੇ ਨਾ, ਅਤੇ ਗੁਰੂ ਬਣਨ ਤੋਂ ਬਾਅਦ ਆਪ ਜੀ ਨੇ ਬਾਣੀ ਉਚਾਰਨ ਕੀਤੀ 17 ਰਾਗਾਂ ਵਿੱਚ। ਉਹੀ 19 ਰਾਗਾਂ ਵਿੱਚੋਂ 17 ਰਾਗ ਗਾਏ ਜਿਹੜੇ ਗੁਰੂ ਨਾਨਕ ਸਾਹਿਬ ਨੇ ਗਾਏ ਸਨ, ਅਤੇ ਉਹਦੇ ਅੰਦਰ ਇੱਕ ਪੰਕਤੀ ਬੜੀ ਮਹੱਤਵਪੂਰਨ ਹੈ। ਕਹਿੰਦੇ ਦੁਨੀਆਂ ਦੇ ਲੋਕੋ ਮੇਰਾ ਤਜਰਬਾ ਬੋਲਦਾ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇ ਤਾਂ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਮੈਂ ਬੜਾ ਕੋਲ ਬੈਠ ਕੇ ਵੇਖਿਆ, ਕੁੜਮਾਚਾਰੀ ਦੇ ਤੌਰ 'ਤੇ ਵੇਖਿਆ, ਰਿਸ਼ਤੇਦਾਰੀ ਦੇ ਕੋਲ ਤੌਰ 'ਤੇ ਵੇਖਿਆ, ਲੇਕਿਨ ਅੱਜ ਜਦੋਂ ਮੈਂ ਸਿੱਖ ਬਣ ਕੇ ਬੈਠਿਆ ਤਾਂ ਮੈਨੂੰ ਇਹ ਦਾਤ ਪ੍ਰਾਪਤ ਹੋਈ। ਔਰ ਸੱਚ ਜਾਣਿਓ ਜਦੋਂ
ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਦਾਤ ਪ੍ਰਾਪਤ ਹੋਈ ਅਤੇ ਭਾਈ ਗੁਰਦਾਸ ਕਹਿੰਦੇ ਮੈਂ ਲਿਖ ਦੇਵਾਂ ਤੁਹਾਡੇ ਵਾਸਤੇ ਸਾਰੇ ਸੰਸਾਰ ਵਾਸਤੇ, ਅਮਰਦਾਸ ਗੁਰਸਿੱਖ ਸਤਿਗੁਰ ਪਾਇਆ। ਜੇ ਗੁਰੂ ਨੂੰ ਪਾਇਆ ਨਾ ਅੱਜ ਬਾਬਾ ਅਮਰਦਾਸ, ਉਹ ਸਿੱਖ ਬਣਨ ਤੋਂ ਬਾਅਦ ਪਾਇਆ। ਜੇ ਅਸੀਂ ਗੁਰੂ ਅਮਰ ਅਸੀਂ ਚੰਗੇ ਲੱਗਣਾ ਚਾਹੁੰਦੇ ਗੁਰੂ ਨੂੰ ਤਾਂ ਫਿਰ ਸਿੱਖ ਬਣੀਏ। ਅਮਰਦਾਸ ਗੁਰਸਿੱਖ ਸਤਿਗੁਰ ਪਾਇਆ। ਔਰ ਜਦੋਂ ਸਿੱਖ ਬਣੇ ਫਿਰ ਗੁਰੂ ਬਣੇ, ਅਤੇ ਗੁਰੂ ਬਣਨ ਤੋਂ ਬਾਅਦ ਕਹਿੰਦੇ ਅੱਜ ਮੈਨੂੰ ਸਮਝ ਲੱਗੀ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਆ ਗੁਰ ਪ੍ਰਸਾਦ, ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ। ਅਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮੈਂ ਤੁਹਾਨੂੰ ਇਹ ਵੀ ਗੱਲ ਸਾਂਝੀ ਕਰ ਲਵਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਕਿਹੜੇ ਗੁਰੂ ਨੇ ਅਮਰ ਦੀ ਗੱਲ ਕੀਤੀ? ਗੱਲ ਤਾਂ ਹੈ ਹੀ ਅਮਰ ਦੀ ਕਿ ਜੀਵਨ ਨੂੰ ਅਮਰ ਕਿਵੇਂ ਕੀਤਾ ਜਾਏ। ਗੁਰੂ ਨਾਨਕ ਪਾਤਸ਼ਾਹ ਅਮਰ ਦੀ ਗੱਲ ਕਰਦੇ, ਗੁਰੂ ਅੰਗਦ ਸਾਹਿਬ ਅਮਰ ਦੀ ਗੱਲ ਕਰਦੇ, ਗੁਰੂ ਅਮਰਦਾਸ ਪਾਤਸ਼ਾਹ ਦੇ ਵਚਨ ਅਸੀਂ ਰੋਜ਼ ਪੜ੍ਹਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਇਹ ਅੰਮ੍ਰਿਤਧਾਰੀ ਹੋਣ ਦੀ ਗੱਲ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਾਡੇ ਵਾਸਤੇ ਜ਼ਰੂਰੀ ਹੈ। ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਹੇ ਨਾਉ ਬੁਰਾ। ਔਰ ਜੀਵਨ ਦੇ ਵਿੱਚ ਜੇ ਸੁਰਗੁਰੂ ਹੋਣਾ ਹੈ ਅਤੇ ਗੁਰੂ ਵਾਲੇ ਬਣੋ, ਅਤੇ ਗੁਰੂ ਵਾਲੇ ਬਣਨ ਵਾਸਤੇ ਫਿਰ ਕੀ ਚਾਹੀਦਾ? ਅੰਮ੍ਰਿਤ ਪੰਜ ਪਿਆਰਿਆਂ ਕੋਲ ਜਾ ਕੇ। ਅਤੇ ਅੱਜ ਜੇ ਅਸੀਂ ਆਖੀਏ ਵੀ ਦੇਖੋ ਜੀ ਅਸੀਂ ਤਾਂ ਬਾਕੀ ਤਾਂ ਸਾਰਾ ਕੁਝ ਸਾਡਾ ਠੀਕ ਹੈ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਿੰਪਲ। ਕਿਸੇ ਘਰ ਬੱਚਾ ਪੈਦਾ ਹੁੰਦਾ, ਬੱਚਾ ਪੈਦਾ ਹੋਇਆ, ਨਰਸ ਆਈ, ਕਹਿਣ ਲੱਗੀ ਬੱਚਾ ਬੜਾ ਸੁੰਦਰ ਪੈਦਾ ਹੋਇਆ ਹੈ, ਔਰ ਉਹਦੀ ਸੁੰਦਰਤਾ ਦੇ ਨਾਲ ਇੱਕ ਬੜੀ ਗੱਲ ਵਿਗੜੀ ਪਈ ਹੈ ਵੀ ਉਹਦੇ ਪ੍ਰਾਣ ਨਹੀਂ, ਜਿਉਂਦਾ ਨਹੀਂ, ਪੈਦਾ ਹੋਇਆ ਲੇਕਿਨ ਜੀਵਤ ਨਹੀਂ। ਖਿਮਾ ਕਰਨਾ, ਜਿਹਨਾਂ ਦੇ ਅੰਗ ਬਹੁਤ ਵਧੀਆ ਨੇ, ਕਿਰਪਾਨ ਬੜੀ ਵਧੀਆ ਸਜਾਉਂਦੇ ਨੇ ਔਰ ਕਕਾਰ ਬੜਾ ਵਧੀਆ ਸਜਾਉਂਦੇ ਨੇ, ਦੇਖ ਬੜੀ ਵਧੀਆ, ਲੇਕਿਨ ਬਾਣੀ ਨਹੀਂ ਪੜ੍ਹਦੇ ਵੀ ਸਾਡੇ ਕੋਲ ਸਮਾਂ ਨਹੀਂ, ਨਿਤਨੇਮ ਨਹੀਂ ਕਰਨਾ, ਗੁਰਦੁਆਰੇ ਸੰਗਤ ਨਹੀਂ ਕਰਨੀ। ਉਹ ਪੈਦਾ ਤਾਂ ਹੋਏ ਲੇਕਿਨ ਮੁਰਦਾ ਤੌਰ 'ਤੇ ਸੰਸਾਰ ਦੇ ਅੰਦਰ ਘੁੰਮਣ ਦੀ ਗੱਲ ਹੈ। ਚਾਹੇ ਕਿੰਨਾ ਵੀ ਸੋਹਣਾ ਬੰਦਾ ਹੋਵੇ, ਅਤ ਸੁੰਦਰ ਕੁਲੀਨ ਚਤਰ ਮੋਹ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬਾਕੀ ਤਾਂ ਸਾਰਾ ਕੋਈ ਠੀਕ ਹੈ ਲੇਕਿਨ ਪ੍ਰਾਣ ਨਹੀਂ। ਜੇ ਅਸੀਂ ਬਾਣੀ ਨਹੀਂ ਪੜ੍ਹਾਂਗੇ ਨਾ, ਬਾਕੀ ਸਭ ਕੁਝ ਠੀਕ ਹੋਵੇ, ਫਿਰ ਸਾਡੇ ਅੰਦਰ ਪ੍ਰਾਣ ਨਹੀਂ, ਅਸੀਂ ਮੁਰਦਾ ਹੋ ਕੇ ਜੀਵਨ ਜੀ ਰਹੇ ਹਾਂ। ਅਤੇ ਇੱਕ ਘਰ 'ਚ ਬੱਚਾ ਪੈਦਾ ਹੋਇਆ, ਨਰਸ ਆਈ, ਕਹਿਣ ਲੱਗੀ ਬੱਚਾ ਜੀਵਤ ਹੈ ਪਰ ਖਿਮਾ ਕਰਿਓ ਉਹਦੀਆਂ ਲੱਤਾਂ ਨਹੀਂ, ਉਹਦੀਆਂ ਬਾਹਾਂ ਨਹੀਂ, ਅਪੰਗ ਪੈਦਾ ਹੋਇਆ। ਜਿਹੜੇ ਮੇਰੇ ਵਰਗੇ ਆਖਣ ਵੀ ਸਾਨੂੰ ਹੁਣ ਕਿਰਪਾਨ ਪਾਉਣ ਦੀ ਲੋੜ ਨਹੀਂ, ਅਮਰ ਛਕਣ ਦੀ ਲੋੜ ਨਹੀਂ, ਬਾਣੀ ਤਾਂ ਅਸੀਂ ਪੜ੍ਹਦੇ ਹਾਂ, ਸਹਿਜ ਪਾਠ ਵੀ ਕਰਦੇ ਹਾਂ, ਅਪੰਗ ਫਿਰਦੇ ਹਾਂ ਆਪਾਂ, ਉਸ ਬੱਚੇ ਵਰਗੀ ਜ਼ਿੰਦਗੀ ਹੈ ਜਿਹਦੇ ਅੰਦਰ ਪ੍ਰਾਣ ਤਾਂ ਚੱਲ ਰਹੇ ਹੈ ਲੇਕਿਨ ਲੱਤਾਂ ਬਾਹਾਂ ਨਹੀਂ। ਸਰੀਰ ਤਾਂ ਕਾਇਮ ਚਾਹੀਦਾ ਨਾ, ਹੋਵੇ ਲਿੰਗ ਝਿੰਗ ਨਾ ਹੋਵੇ, ਐਸੀ ਕਹੀ ਹੈ ਸੂਰਤ ਗੁਰੂ ਅੰਗਦ ਸਾਹਿਬ। ਜੋ ਕੁਝ ਮਾਲਕ ਨੇ ਬਖਸ਼ਿਸ਼ ਕੀਤਾ ਹੈ ਉਹ ਦੋਨਾਂ ਪਾਸਿਆਂ ਤੋਂ, ਜਿਵੇਂ ਸਰੀਰ ਦੀਆਂ ਲੱਤਾਂ ਵੀ ਚਾਹੀਦੀਆਂ, ਬਾਹਾਂ ਵੀ ਚਾਹੀਦੀਆਂ, ਪ੍ਰਾਣ ਵੀ ਚਾਹੀਦੇ, ਤਿਵੇਂ ਅੰਦਰ ਬਾਣੀ ਵੀ ਪੜ੍ਹੀਏ, ਨਿਤਨੇਮ ਵੀ ਕਰੀਏ, ਗੁਰੂ ਕੀ ਸੰਗਤ ਵਿੱਚ ਵੀ ਬੈਠੀਏ, ਕੀਰਤਨ ਵੀ ਸੁਣੀਏ, ਔਰ ਨਾਲ ਜੋ ਸਾਡੀ ਵਰਦੀ ਹੈ, ਸਾਡੇ ਪੰਜ ਕਕਾਰ ਨੇ, ਉਹ ਪੰਜਾਂ ਪਿਆਰਿਆਂ ਕੋਲ ਜਾ ਕੇ ਉਹ ਦਾਤ ਪ੍ਰਾਪਤ ਕਰੀਏ, ਅੰਮ੍ਰਿਤ ਦੀ ਦਾਤ। ਕਿਤੇ ਐਸਾ ਨਾ ਹੋਵੇ ਵੀ ਇੱਕ ਵਰਗ ਮੁਰਦਾ ਹੋ ਕੇ ਫਿਰਦਾ ਰਹੇ ਅਤੇ ਦੂਜਾ ਵਰਗ ਅਪੰਗ ਹੋ ਕੇ ਫਿਰਦਾ ਰਹੇ। ਨਹੀਂ, ਅਸੀਂ ਨਾ ਅਪੰਗ ਹੋਣਾ ਨਾ ਮੁਰਦੇ ਹੋਣਾ, ਜੀਵਤ ਵੀ ਹੋਣਾ ਅਤੇ ਸਾਬਤ ਸੂਰਤ ਵੀ ਹੋਣਾ। ਅਤੇ ਫਿਰ ਭਾਈ ਜੇਠਾ ਜੀ ਦਾ ਜੀਵਨ ਆਪ ਜੀ ਜਾਣਦੇ ਹੋ ਕਿ ਜ਼ਿੰਦਗੀ ਕਿਵੇਂ ਬਚਪਨ ਦੇ ਵਿੱਚ ਅਨੋਖੀ ਜਿਹੀ ਘਟਨਾ ਵਾਪਰਦੀ ਹੈ ਵੀ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ, ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਨਾਨੀ ਜੀ ਆਪਣੇ ਘਰ ਲੈ ਗਏ, ਅਤੇ ਰੱਬ ਦੀ ਮਰਜ਼ੀ ਹੈ ਨਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਕੀਤਾ ਕਰਨਾ ਸਰਬ ਰਜਾਈ, ਕਿਸ ਕੀਚਾ ਜੇ ਕਰ ਸਕੀ ਹੈ, ਆਪਣਾ ਕੀਤਾ ਕਿਸ਼ੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀ ਹੋ ਸਭ ਕੋ ਤੇਰੇ ਬਸ, ਅਸਾਂ ਜ਼ੋਰ ਨਾਹੀਂ, ਜੇ ਕਿਸ ਕਰ ਹਮ ਸਾਕੈ, ਜੋ ਭਾਵੈ ਤਿਵੈ ਬਖਸ਼। ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਬਾਸਰਕਾ ਪਿੰਡ ਭਾਈ ਜੇਠਾ ਜੀ ਦੇ ਨਾਨਕੇ ਅਤੇ ਬਾਸਰਕਾ ਪਿੰਡ ਗੁਰੂ ਅਮਰਦਾਸ ਜੀ ਦਾ ਨਿਵਾਸ ਅਸਥਾਨ।
ਉਹਨਾਂ ਦਾ ਨਗਰ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਂਹ ਪਕੜ ਲਈ। ਅੱਜ ਵੀ ਸਾਡੀ ਲੋੜ ਹੈ, ਜਿਹੜੇ ਨਿਤਾਣੇ ਨੇ, ਜਿਹੜੇ ਗਰੀਬ ਨੇ, ਉਹਨਾਂ ਦੀ ਬਾਂਹ ਪਕੜੋ। ਜਦੋਂ ਬਾਂਹ ਪਕੜੋਗੇ ਉਹ ਆਪਣੇ ਆਪ ਪੁੱਛਣਗੇ ਅੰਮ੍ਰਿਤਧਾਰੀ ਹੋਣ ਵਾਸਤੇ ਕਦੋਂ ਸਮਾਂ ਮਿਲਣਾ। ਮੈਂ ਇੱਕ ਕਹਾਣੀ ਪੜ੍ਹੀ ਮਹਾਤਮਾ ਬੁੱਧ ਜੀ ਦੀ। ਉਹ ਕਹਿੰਦੇ ਕਿ ਦਿਨ ਆਨੰਦ ਨੂੰ ਭੇਜਿਆ ਕਿਸੇ ਨਗਰ ਦੇ ਵਿੱਚ ਪ੍ਰਚਾਰ ਕਰਨ ਵਾਸਤੇ, ਬੜਾ ਨਿਰਾਸ਼ ਹੋ ਕੇ ਵਾਪਸ ਆ ਗਿਆ। ਜਦੋਂ ਵਾਪਸ ਆਇਆ ਕਹਿਣ ਲੱਗੇ ਕਿਵੇਂ ਰਿਹਾ? ਕਹਿੰਦਾ ਜੀ ਬਹੁਤ ਬੁਰਾ ਹੋਇਆ, ਮੈਨੂੰ ਕਿੱਥੇ ਭੇਜ ਦਿੱਤਾ। ਕਹਿੰਦੇ ਕਿਉਂ? ਕਹਿੰਦੇ ਉਹਨਾਂ ਨੇ ਮੇਰੀ ਗੱਲ ਹੀ ਕੋਈ ਨਹੀਂ ਸੁਣੀ। ਕਹਿੰਦੇ ਉਹਨਾਂ ਦੀ ਹਾਲਤ ਕਿੱਦਾਂ ਦੀ ਸੀ? ਕਹਿੰਦੇ ਕੱਪੜੇ ਪਾਟੇ ਹੋਏ, ਬਿਮਾਰ ਲੋਕ ਸਨ, ਉਹ ਦਲਿੱਦਰੀ ਜਿਹਾ ਲੱਗਦੇ ਸੀ। ਅਤੇ ਮਹਾਤਮਾ ਬੁੱਧ ਕਹਿਣ ਲੱਗੇ ਆਨੰਦ ਤੈਨੂੰ ਉੱਥੇ ਦਵਾਈਆਂ ਲੈ ਕੇ ਜਾਣਾ ਚਾਹੀਦਾ ਸੀ, ਕੱਪੜਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਤੇਰਾ ਲੈਕਚਰ ਉੱਥੇ ਕੀ ਕਰੇਗਾ? ਭੁੱਖਿਆਂ ਬੰਦਿਆਂ ਦੇ ਕੋਲ ਸਾਡੇ ਲੈਕਚਰ ਕੀ ਕਰਨਗੇ? ਸਾਡੀਆਂ ਇਹ ਗੱਲਾਂ ਬਾਤਾਂ ਕੀ ਕਰਨਗੀਆਂ? ਜਦੋਂ ਲੋੜਵੰਦ ਦੀ ਬਾਂਹ ਪਕੜੋਗੇ ਉਹ ਆਪਣੇ ਆਪ ਤੁਹਾਡੇ ਨਾਲ ਤੁਰੇਗਾ। ਔਰ ਇਸੇ ਕਰਕੇ ਗੁਰਬਾਣੀ ਨੇ ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਔਰ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਇਹ 1541 ਦੇ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਨਾਲ ਲਿਆਏ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ। ਗੁਰੂ ਅਮਰਦਾਸ ਜੀ ਵੀ ਗੁਰੂ ਅੰਗਦ ਸਾਹਿਬ ਦੇ ਸਿੱਖ ਅਤੇ ਭਾਈ ਜੇਠਾ ਜੀ ਵੀ ਗੁਰੂ ਅੰਗਦ ਸਾਹਿਬ ਦੇ ਸਿੱਖ, ਦੋਨੇ ਹੀ ਗੁਰ ਭਾਈ। ਅੱਗੇ ਜਾ ਕੇ ਰਿਸ਼ਤਾ ਕੀ ਬਣਦਾ ਹੈ? ਦਮਾਦ ਦਾ। ਦੋਨੇ ਹੀ ਗੁਰੂ ਕੇ ਸਿੱਖ, ਸਿੱਖੀ ਨੂੰ ਕਮਾ ਰਹੇ, ਔਰ ਸਿੱਖੀ ਨੂੰ ਕਮਾਇਆ ਅਤੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਉਹ ਗੁਰਤਾ ਗੱਦੀ 'ਤੇ ਸੁਸ਼ੋਭਿਤ ਹੋ ਗਏ। ਕੋਈ ਬੰਦਾ ਇਮੈਜਿਨ ਕਰ ਸਕਦਾ, ਸੋਚ ਸਕਦਾ, ਜਿਹਦੇ ਸਿਰ ਦੇ ਉੱਤੇ ਨਾ ਮਾਂ ਹੋਵੇ, ਨਾ ਪਿਤਾ ਹੋਵੇ, ਨਾ ਜਿਹਦੇ ਕੋਲ ਕੋਈ ਧਨ ਦੌਲਤ ਹੋਵੇ, ਜਿਹਦਾ ਕੋਈ ਸਹਾਰਾ ਨਾ ਹੋਵੇ, ਇਹੋ ਜਿਹੇ ਬੱਚੇ ਨੂੰ ਸਮਾਜ ਕਹਿੰਦਾ ਇਹ ਯਤੀਮ ਹੋ ਗਿਆ। ਔਰ ਯਤੀਮ ਬੱਚਾ ਦੋ ਤਰ੍ਹਾਂ ਦੇ ਕੰਮ ਕਰਦਾ, ਜਾਂ ਤਾਂ ਫਿਰ ਜੇਬ ਕਤਰਾ ਬਣਦਾ, ਜਾਂ ਫਿਰ ਮੰਗਤਾ ਬਣਦਾ। ਪਰ ਕਦੀ ਸੋਚ ਸਕਦੇ ਆਪਾਂ? ਅੱਜ ਸਾਨੂੰ ਪੁੱਛਣ ਦੀ ਜ਼ਰੂਰਤ ਹੈ ਵੀ ਗੁਰੂ ਕੀ ਕਰਦਾ, ਗੁਰੂ ਦੀਆਂ ਬਖਸ਼ਿਸ਼ਾਂ ਕੀ ਹੁੰਦੀਆਂ। ਆ ਭਾਈ ਜੇਠਾ ਜੀ ਦਾ ਜੀਵਨ ਸਾਡੇ ਸਾਹਮਣੇ ਹੈ ਵੀ ਜਿਹੜਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ, ਜਿਹੜਾ ਰੋਟੀ ਨੂੰ ਤਰਸਦਾ ਪਰਿਵਾਰ, ਅੱਜ ਉਹਦਾ ਦੁਨੀਆਂ ਦੇ ਅੰਦਰ ਸਭ ਤੋਂ ਵੱਡਾ ਲੰਗਰ ਹੈ। ਅਜੇ ਵੀ ਸਾਨੂੰ ਕੋਈ ਸ਼ੱਕ ਹੈ ਵੀ ਗੁਰੂ ਵਾਲੇ ਬਣਨ ਵਾਸਤੇ ਕਾਹਦੇ ਵਾਸਤੇ ਬਣਨਾ ਹੈ? ਗੁਰੂ ਨੇ ਸਾਡੇ 'ਤੇ ਕਿੰਨੀਆਂ ਕਰਿਹਮਤਾਂ ਕਰਨੀਆਂ? ਭਾਈ ਜੇਠਾ ਜੀ ਨੂੰ ਪੁੱਛ ਕੇ ਵੇਖੋ, ਅੱਜ ਦੁਨੀਆਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਇੰਡੀਆ ਦਾ, ਉੱਥੇ ਖੜ੍ਹ ਕੇ ਜਦੋਂ ਬੇਨਤੀ ਕਰਦਾ ਸੱਚੇ ਪਾਤਸ਼ਾਹ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵੇਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਧਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਪਰ ਇਹ ਸੋਢੀ ਸੁਲਤਾਨ ਨਾਨਕ ਤੂੰ, ਲੈਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ, ਇਹ ਕਦੋਂ ਬਣਿਆ? ਭਾਈ ਗੁਰਦਾਸ ਸਾਹਿਬ ਕਹਿੰਦੇ ਰਾਮਦਾਸ ਗੁਰਸਿੱਖ ਪ੍ਰਗਟ ਹੀ ਆਇਆ, ਜਦੋਂ ਸਿੱਖ ਬਣ ਕੇ ਆਏ। ਔਰ ਸਿੱਖੀ ਨੂੰ ਪੱਕੇ ਪੈਰੀਂ ਕਰ ਦਿੱਤਾ ਉਹਨਾਂ ਨੇ, ਸਾਨੂੰ ਹੁਕਮ ਕਰਤਾ ਵੀ ਹੁਣ ਜੇ ਸਿੱਖ ਬਣਨਾ ਤਾਂ ਯਾਦ ਰੱਖੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੇ ਮੇਰੀ ਜਿੰਦ, ਹਰੀ ਦਾ ਨਾਮ ਅੰਮ੍ਰਿਤ ਹੈ, ਪਰ ਪ੍ਰਾਪਤ ਕਿੱਥੋਂ ਹੋਣਾ? ਅੰਮ੍ਰਿਤ ਗੁਰਮਤ ਪਾਏ ਰਾਮ, ਹੋਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਆ ਜਿਹੜੀ ਸਾਡੇ ਅੰਦਰ ਜ਼ਹਿਰ ਭਰੀ ਪਈ ਹੈ ਅੰਮ੍ਰਿਤ ਨੇ ਦੂਰ ਕਰਨੀ ਹੈ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ। ਅੱਜ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ, ਮੈਂ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਅਤੇ ਤੁਹਾਡੇ ਨਾਲ ਮੈਂ ਗੱਲ ਵੀ ਸਾਂਝੀ ਕਰਨੀ ਚਾਹੁੰਦਾ ਹਾਂ, ਕਿਉਂਕਿ ਭਾਈ ਗੁਰਦਾਸ ਸਾਹਿਬ ਛੇਵੇਂ ਪਾਤਸ਼ਾਹ ਜੀ ਤੱਕ ਸਮਕਾਲੀ ਨੇ, ਛੇਵੇਂ ਪਾਤਸ਼ਾਹ ਤਾਂ ਗੱਲ ਲਿਖ ਗਏ ਹੋ, ਅਤੇ ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਦੇ ਵੱਡੇ ਭਰਾ ਤਾਂ ਬਾਬਾ ਪਿਰਥੀਆ ਜੀ। ਬਾਬਾ ਪਿਰਥੀਆ ਜੀ ਦੀ ਸੋਚ ਹੈ ਵੀ ਮੈਂ ਗੁਰੂ ਘਰ ਦੇ ਉੱਤੇ ਕਾਬਜ਼ ਕਿਵੇਂ ਹੋਣਾ, ਮੇਰਾ ਕਬਜ਼ਾ ਕਿਵੇਂ ਹੋਵੇ? ਜਦੋਂ ਕਿਤੇ ਗੁਰੂ ਸਾਹਿਬ ਕੋਈ ਗੱਲ ਕਰਦੇ ਗੁਰੂ ਝਗੜਾ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਲਿਖਤੀ ਰੂਪ ਦੇ ਵਿੱਚ ਬਾਣੀ ਉਚਾਰਨ ਕਰਨੀ ਪਈ, ਕਾਹੇ ਪੂਤ ਝਗੜ ਤੋਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿਨ ਸਿਓ ਝਗੜਤ ਪਾਪ। ਕਿ ਤੂੰ ਝਗੜਾ ਕਿਉਂ ਕਰਦਾ? ਕਾਹਦੇ ਵਾਸਤੇ? ਚੌਧਰ ਵਾਸਤੇ, ਭੁੱਖ ਵਾਸਤੇ, ਕਬਜ਼ਾ ਕਰਨ ਵਾਸਤੇ।
ਪਰ ਗੁਰੂ ਪਿਆਰਿਓ ਜੇ ਇਸ ਘਰ ਵਿੱਚ ਰਹਿ ਕੇ ਸੇਵਾ ਕਰਨੀ, ਕੋਈ ਪ੍ਰਬੰਧਕ ਦੀ ਸੇਵਾ ਕਰਦਾ ਹੋਵੇ, ਰੱਬ ਦੀ ਕਿਰਪਾ ਨਾਲ ਸੇਵਾ ਪ੍ਰਾਪਤ ਹੋਈ ਹੋਵੇ, ਕਿਸੇ ਨੂੰ ਗੁਰੂ ਕੇ ਵਜ਼ੀਰ ਦੀ ਸੇਵਾ ਪ੍ਰਾਪਤ ਹੋਵੇ, ਕਿਸੇ ਨੂੰ ਗੁਰੂ ਕੇ ਕੀਰਤਨੀਏ ਦੀ ਸੇਵਾ ਪ੍ਰਾਪਤ ਹੋਵੇ, ਕਿਸੇ ਨੂੰ ਕਥਾਕਾਰ ਦੀ ਸੇਵਾ ਪ੍ਰਾਪਤ ਹੋਵੇ, ਗੁਰੂ ਕੀ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਵੇ, ਆਪਾਂ ਗੁਰੂ ਅਰਜਨ ਸਾਹਿਬ ਨੂੰ ਪੁੱਛ ਕੇ ਵੇਖੀਏ ਵੀ ਇਸ ਘਰ 'ਚ ਸੇਵਾ ਕਿਵੇਂ ਕਰਨੀ ਹੈ, ਇੱਥੇ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ। ਇੱਕ ਪਿਰਥੀਏ ਦੀ ਸੋਚ ਹੈ ਕਿ ਗੁਰੂ ਘਰ ਦੇ ਉੱਤੇ ਕਾਬਜ ਕਿਵੇਂ ਹੋਣਾ, ਜਿਹੜੇ ਤਾਂ ਅੱਜ ਇਹ ਸੋਚ ਰੱਖ ਕੇ ਤੁਰਦੇ ਨਾ ਵੀ ਅਸੀਂ ਕਬਜ਼ਾ ਹੀ ਕਰਨਾ, ਖਿਮਾ ਕਰਨਾ, ਉਹ ਪਿਰਥੀਏ ਦੀ ਰੂਹ ਲੈ ਕੇ ਘੁੰਮਦੇ, ਉਹਨਾਂ ਦੇ ਅੰਦਰ ਪਿਰਥੀਏ ਦੀ ਰੂਹ ਕੰਮ ਕਰ ਰਹੀ। ਪਰ ਜੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪੁੱਛੀਏ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਰਹਿਣਾ ਹੋਵੇ ਤਾਂ ਕਿੰਜ ਰਹੀਏ, ਅਤੇ ਗੁਰੂ ਅਰਜਨ ਸਾਹਿਬ ਬੜੀ ਕਿਰਪਾ ਕਰਦੇ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਹੋ ਕਰ ਕਾਸ਼ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰ ਤੋ ਇੰਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਇੱਥੇ ਤਾਂ ਗੁਰ ਕੀ ਆਗਿਆ ਮਨ ਮੈਂ ਸਹਿ। ਅਤੇ ਅੱਜ ਦੁਨੀਆ ਦੇ ਅੰਦਰ ਜਦੋਂ ਲੋਕ ਦਰਸ਼ਨ ਕਰਦੇ ਗੁਰੂ ਅਰਜਨ ਸਾਹਿਬ ਜੀ ਦਾ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਛੋਂ ਨੈਣ, ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਜੀ, ਇਹਨਾਂ ਵਿੱਚ ਕੋਈ ਅੰਤਰ ਨਹੀਂ। ਗੁਰੂ ਅਰਜਨ ਸਾਹਿਬ ਤਾਂ ਤਤ ਵਿਚਾਰ ਜਹਿ ਮਥੁਰਾ, ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਗੁਰੂ ਅਰਜਨ ਪ੍ਰਤੱਖ ਹਰ। ਇਹ ਦਾਤ, ਇਹ ਰੁਤਬਾ ਪ੍ਰਾਪਤ ਹੋਇਆ, ਪਰ ਕਦੋਂ ਪ੍ਰਾਪਤ ਹੋਇਆ? ਭਾਈ ਗੁਰਦਾਸ ਕਹਿੰਦੇ, ਮੈਂ ਸਪਸ਼ਟ ਕਰਦਿਆਂ, ਗੁਰ ਅਰਜਨ ਗੁਰਸਿੱਖ ਗੁਰ ਸਦਵਾਇਆ। ਕਿੰਨੀਆਂ ਕੁ ਔਕੜਾਂ ਆਈਆਂ, ਉਹਨਾਂ ਔਕੜਾਂ ਦਾ ਕਿਵੇਂ ਨਿਮਰਤਾ ਨਾਲ ਸਾਹਮਣਾ ਕੀਤਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗਿਆ ਕੋ ਨਾ ਟਿਕਾ ਵਿਕਾਰੀ, ਗੁਰਪੂਰਾ ਇਹ ਗੱਲ ਸਾਰੀ। ਪਰ ਗੁਰੂ ਪਿਆਰਿਓ, ਜੇ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਨਾ, ਅਸੀਂ ਮੁਬਾਰਕ ਦੇ ਪਾਤਰ ਬਣਨਾ ਹੈ, ਅਤੇ ਫਿਰ ਗੁਰੂ ਅਰਜਨ ਸਾਹਿਬ ਦਾ ਆਖਾ ਮੰਨੋ। ਉਹ ਆਖਾ ਕੀ ਹੈ, ਉਹ ਹੁਕਮ ਕੀ ਹੈ? ਉਹ ਹੁਕਮ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜੇ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ। ਭਈ ਅੰਮ੍ਰਿਤ ਦਾ ਖਜ਼ਾਨਾ ਜਿਹੜਾ, ਮਿਲ ਪੀਵੋ ਭਾਈ, ਇਹ ਤੋਂ ਮੁਨਕਰ ਨਾ ਹੋਵੋ, ਇਹ ਤੋਂ ਇਨਕਾਰੀ ਨਾ ਹੋਵੋ। ਫਿਰ ਅਸੀਂ ਜਨਮ ਦਿਨ ਦੇ ਉੱਤੇ ਪੜ੍ਹਦੇ ਹਾਂ, ਭਾਈ ਸਾਹਿਬ ਜੀ ਇਹ ਸ਼ਬਦ ਪੜ੍ਹੋ, ਅਤੇ ਕਿਰਪਾ ਹੋਵੇ ਸਾਨੂੰ ਉਹ ਸ਼ਬਦ ਦੀ ਸਮਝ ਲੱਗ ਸਕੇ। ਉਹ ਸ਼ਬਦ ਕੇਵਲ ਬੱਚਿਆਂ ਵਾਸਤੇ ਨਹੀਂ, ਉਹ ਤਾਂ ਬਾਬਾ ਅਮਰਦਾਸ ਜੀ ਵਰਗਾ ਬੁੱਢਾ ਅਸੀਸ ਲਵੇ ਉਹਦਾ ਵੀ ਪਾਰ ਉਤਾਰਾ, ਕੋਈ ਛੋਟਾ ਬੱਚਾ ਅਸੀਸ ਲਵੇ ਉਹਦਾ ਵੀ ਪਾਰ ਉਤਾਰਾ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਇੱਕ ਦਾਅਵੇ ਨਾਲ ਗੱਲ ਕਹਿ ਰਿਹਾ, ਗਰੰਟੀ ਨਾਲ ਗੱਲ ਕਹਿ ਰਿਹਾ, ਹਰ ਬੰਦਾ ਲੋਚਦਾ ਮੇਰਾ ਜੀਵਨ ਬਹੁਤ ਲੰਮੇਰਾ ਹੋਵੇ, ਮੇਰੀ ਲੰਮੀ ਉਮਰ ਹੋਵੇ, ਪਰ ਕਹਿੰਦੇ ਧਿਆਨ ਕਰਿਓ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਵਿਆਪੈ ਚਿੰਤਾ। ਕੋਈ ਇੱਦਾਂ ਗਰੰਟੀ ਨਾਲ ਲਿਖ ਕੇ ਦਿੰਦਾ? ਲਿਖਤੀ ਰੂਪ 'ਚ ਰਿਟਨ ਗੱਲ ਕਰ ਰਿਹਾ, ਕਹਿੰਦੇ ਮੈਂ ਦਾਅਵੇ ਨਾਲ ਗੱਲ ਕਰ ਰਿਹਾ, ਰਿਟਨ ਗੱਲ ਕਰ ਰਿਹਾ ਤੁਹਾਡੇ ਨਾਲ। ਸਿੱਖੋ ਸੰਸਾਰ ਦੇ ਲੋਕੋ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੈ ਚਿੰਤਾ। ਤੁਹਾਨੂੰ ਕਦੀ ਟੈਨਸ਼ਨ ਨਹੀਂ ਆਏਗੀ ਜ਼ਿੰਦਗੀ 'ਚ, ਤੁਹਾਨੂੰ ਭਾਣਾ ਮਿੱਠਾ ਲੱਗੇਗਾ, ਤੁਹਾਨੂੰ ਗੁਰੂ ਦਾ ਹੁਕਮ ਇੰਨਾ ਮਿੱਠਾ ਲੱਗੇਗਾ। ਇਹ ਗੁਰੂ ਅਰਜਨ ਪਾਤਸ਼ਾਹ ਜੀ ਪਰ ਕਦੋਂ ਦਾਤ ਪ੍ਰਾਪਤ ਹੋਈ, ਇਹ ਜੀਵਨ ਅੰਮ੍ਰਿਤਧਾਰੀ ਕਦੋਂ ਹੋਇਆ, ਇਹ ਅੰਮ੍ਰਿਤਮਈ ਬੋਲ ਕਦੋਂ ਪੈਦਾ ਹੋਏ? ਗੁਰ ਅਰਜਨ ਗੁਰਸਿੱਖ ਗੁਰ ਸਦਵਾਇਆ। ਹੁਣ ਆਖਰੀ ਗੱਲ, ਭਾਈ ਗੁਰਦਾਸ ਸਾਹਿਬ ਕਹਿੰਦੇ ਹਰਗੋਬਿੰਦ ਗੁਰਸਿੱਖ ਨਾ ਲੁਕੈ ਲੁਕਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸਮਕਾਲੀ ਨੇ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦੀ ਹਯਾਤੀ ਵਿੱਚ ਸਰੀਰ 'ਤੇ ਆ ਗਿਆ। ਕਹਿੰਦੇ ਮੈਂ ਅੱਜ ਇਹ ਗੱਲ ਸਪਸ਼ਟ ਕਰਾਂ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਅਤੇ ਇਹ ਆਪਣੇ ਜੀਵਨ ਦੇ ਵਿੱਚ ਧਿਆਨ ਕਰੋ ਕਿ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਅਤੇ ਸਿੱਖ ਬਣਨ ਤੋਂ ਬਾਅਦ ਪ੍ਰਾਪਤ ਹੋਈ। ਇਹ ਨਹੀਂ ਵੀ ਪੁੱਤਰ ਬਣ ਗਿਆ, ਪੈਦਾ ਹੋ ਗਿਆ ਪੁੱਤਰ ਬਣ ਕੇ ਅਤੇ ਦਾਤ ਮਿਲ ਗਈ, ਇੱਥੇ ਕੋਈ ਕਹਾਣੀ ਨਹੀਂ। ਬਾਬਾ ਸ੍ਰੀ ਚੰਦ ਜੀ ਵਰਗੇ ਪੁੱਤਰ ਨੇ, ਲੇਕਿਨ ਸਪੁੱਤਰ ਹੋਣ ਦਾ ਮਾਣ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੋਇਆ, ਪੁੱਤ ਸਪੁੱਤ ਬਾਬਾਣੀ ਲਹਿਣਾ, ਸਪੁੱਤਰ ਹੋਣ ਦਾ ਮਾਣ ਨਹੀਂ ਪ੍ਰਾਪਤ ਹੋਇਆ ਬਾਬਾ ਸ੍ਰੀ ਚੰਦ ਜੀ ਨੂੰ, ਬਾਬਾ ਲਖਮੀ ਦਾਸ ਨੂੰ। ਉਹ ਮਾਣ ਹਾਸਲ ਕੀਤਾ ਗੁਰੂ ਅੰਗਦ ਸਾਹਿਬ ਜੀ ਨੇ, ਉਹ ਮਾਣ ਹਾਸਲ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਉਹ ਮਾਣ ਹਾਸਲ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਉਹ ਮਾਣ ਹਾਸਲ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ, ਉਹ ਮਾਣ ਹਾਸਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਤੇ ਇਸ ਕਰਕੇ
ਅੱਜ ਅਸੀਂ ਆਪਣੀ ਜ਼ਿੰਦਗੀ ਵਿੱਚ ਸੱਚਮੁੱਚ ਇਹ ਮਾਣ ਹਾਸਲ ਕਰਨਾ ਚਾਹੁੰਦੇ ਹਾਂ ਜੋ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ, ਚਾਰੇ ਪੁੱਤਰ ਵਾਰਨ ਤੋਂ ਬਾਅਦ ਇਨ ਪੁੱਤਰਨ ਕੇ ਸੀਸ ਪੈ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਤਾਂ ਫਿਰ ਅੱਜ ਗੁਰੂ ਦਾ ਆਖਾ ਮੰਨ ਲਈਏ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਾਲ ਸ਼ਕੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪਹਲ ਜੋਲੇ। ਇੱਥੇ ਪ੍ਰਵਾਨਗੀ ਕਿਸੇ ਢੰਗ ਤਰੀਕੇ ਨਾਲ ਹੋਣੀ, ਬਾਈ ਬਰਥ ਨਹੀਂ। ਜਿਵੇਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਤੁਹਾਡੇ ਸਾਹਮਣੇ ਰੱਖੇ, ਉਹਨਾਂ ਤੋਂ ਵੱਡੇ ਤਾਂ ਨਹੀਂ ਹੋ ਸਕਦੇ। ਫਿਰ ਆਪਾਂ ਤੁਸੀਂ ਦੇਖੋ, ਗੋਬਿੰਦ ਰਾਏ ਜੀ ਜੇ ਆਪ ਅਮਰ ਦੀ ਦਾਤ ਮੰਗਦੇ ਵੀ ਸਾਨੂੰ ਸਿੰਘ ਬਣਾਉਣ ਵਾਸਤੇ ਗੋਬਿੰਦ ਰਾਏ ਤੋਂ ਅਤੇ ਅਮਰ ਦੀ ਦਾਤ ਦਿਓ, ਅਤੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ, ਗੋਬਿੰਦ ਰਾਏ ਜੀ ਤੋਂ ਵੱਡੇ ਹਾਂ? ਕਿ ਸਾਡੀ ਸਮਝ ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਸਾਹਿਬ ਤੋਂ ਵੱਡੀ ਹੈ? ਨਹੀਂ, ਅਸੀਂ ਤਾਂ ਇੱਥੇ ਨਿਮਾਣੇ ਬਣ ਕੇ ਸਗੋਂ ਉਹਦੇ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਨੂੰ ਇਹ ਦਾਤ ਦੇ ਕੇ ਨਿਵਾਜੋ, ਸਾਡੀ ਝੋਲੀ ਪਾਓ, ਤਾਂ ਕਿ ਅਸੀਂ ਆਪਣਾ ਜੀਵਨ ਜੀ ਸਕੀਏ ਸਿੱਖੀ ਦੇ ਅਨੁਸਾਰ। ਔਰ ਨਾਲ ਦੀ ਨਾਲ ਸਾਡਾ ਇਹ ਫਰਜ਼ ਬਣਦਾ ਹੈ ਕਿ ਜੋ ਦਾਤ ਸਾਨੂੰ ਪ੍ਰਾਪਤ ਹੋਵੇ, ਜਿਹੜੀ ਗੱਲ ਸਾਨੂੰ ਸਮਝ ਲੱਗੇ, ਫਿਰ ਗੁਰੂ ਨਾਨਕ ਦਾ ਘਰ ਇੱਕ ਹੋਰ ਜ਼ਿੰਮੇਵਾਰੀ ਦਿੰਦਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿੱਥੇ ਪ੍ਰਸ਼ਾਦਿਆਂ ਨੂੰ ਸ਼ੇਅਰ ਕਰਨਾ, ਧਨ ਸ਼ੇਅਰ ਕਰਨਾ, ਉੱਥੇ ਨਾਲ ਜਿਹੜੇ ਚੰਗੇ ਗੁਣ ਪ੍ਰਾਪਤ ਹੋਣ, ਚੰਗਾ ਗਿਆਨ ਪ੍ਰਾਪਤ ਹੋਵੇ, ਉਹ ਵੀ ਦੂਜਿਆਂ ਨਾਲ ਸ਼ੇਅਰ ਕਰਨਾ, ਵੰਡ ਕੇ ਛਕਣਾ, ਨਾਮ ਜਪਣਾ, ਕਿਰਤ ਕਰਨਾ, ਨਾਮ ਜਪਣਾ, ਫਿਰ ਦੋਨਾਂ ਨੂੰ ਵੰਡ ਕੇ ਛਕਣਾ। ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਅਤੇ ਸਤਿਗੁਰੂ ਕਿਰਪਾ ਕਰੇ ਇਹ ਜੀਵਨ ਜਾਚ ਸਾਨੂੰ ਪ੍ਰਾਪਤ ਹੋਵੇ, ਤਾਂ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਚੰਗੇ ਸਿੱਖ ਬਣ ਕੇ ਔਰ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੂੰ ਦੁਨੀਆ ਤੱਕ ਪਹੁੰਚਾ ਸਕੀਏ। ਇਹ ਖਿਆਲ, ਇਹ ਸੋਚ ਸਰਬੱਤ ਦੇ ਭਲੇ ਤੱਕ ਕੰਮ ਕਰ ਸਕੇ, ਕਿਉਂਕਿ ਸਾਡੀ ਅਰਦਾਸ ਕੇਵਲ ਆਪਣੇ ਤੱਕ ਸੀਮਤ ਨਹੀਂ, ਬਲਕਿ ਦੁਨੀਆ ਦੇ ਭਲੇ ਵਾਸਤੇ ਅਸੀਂ ਕਿੱਡੀ ਲੰਮੀ ਵੀ ਅਰਦਾਸ ਕਰ ਲਈਏ, ਲੇਕਿਨ ਸਾਨੂੰ ਕਹਿਣਾ ਪੈਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਹੋਈਆਂ ਭੁੱਲਾਂ ਵਾਸਤੇ ਖਿਮਾ। ਅਤੇ ਜੋ ਕੁਝ ਵਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ, ਉਹ ਗੁਰੂ ਕੇ ਸਮਝ ਕੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਭਰੀ ਹਾਜ਼ਰੀ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਸਕੇ। ਸਾਰਿਆਂ ਦਾ ਧੰਨਵਾਦ ਕਰੋ, ਫਤਿਹ ਦੀ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।